ਰਹਿਣ ਚਰਨਾ ਅਰਦਾਸ ਬੇਨਤੀ ਹੈ ਕੱਲੇ ਆਵੇ ਨਾਨਕਾ ਸਸੇ ਉੱਠ ਜਾਵੇ ਮਹਾਂਵਾਕਨ ਸਾਸਜੀ ਪਾਸ਼ਾ ਮਾਤਾ ਮਿੰਦਰ ਕੌਰ ਜੀ ਪਾਸ਼ਾ ਸਪਤਰੀ ਲਾਭ ਸਸਜੀ ਪਾਸ਼ਾ ਆਪ ਜੀ ਦੇ ਚਰਨਾਂ ਵਿੱਚ ਜਾਵਰਾ ਜੀ ਪਾਸ਼ਾ ਉਹਨਾਂ ਦੀ ਰੂਹ ਦੀ ਸ਼ਾਂਤੀ ਵਾਸਤੇ ਉਹਨਾਂ ਦੇ ਸਾਰੇ ਪਰਿਵਾਰ ਵੱਲੋਂ ਰਲ ਮਿਲ ਕੇ ਸੱਚੇ ਪਾਤਸ਼ਾਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਡ ਪਾਠ ਨਾਲ ਸ੍ਰੀ ਰਾਗੀ ਸਾਹਿਬ ਜੀ ਦੇ ਅਖੰਡ ਪਾਠ ਨਾਲ ਸਹਿਜ ਪਾਠਾਂ ਦੇ ਵੀ ਭੋਗ ਪਾਏ ਗਏ ਹਨ ਸੱਚੇ ਪਾਤਸ਼ਾਹ ਸੱਚੇ ਪਾਤਸ਼ਾਹ ਜਿਹੜਾ ਕਰਦੇ ਸੱਚੇ ਪਾਤਸ਼ਾਹ ਅਗਰ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ ਸੱਚੇ ਪਾਤਸ਼ਾਹ ਇਸੇ ਸੰਬੰਧ ਸੱਚੇ ਪਾਤਸ਼ਾਹ ਗੁਰੂ ਸੁੰਦਰ ਮਾਨਿਆ ਮਹਿ ਕਿਰਪਾ ਕਰੋ ਆਪ ਕਰੋ ਆਪਣਾ ਬਖਸ਼ਿਆ ਹੋਈਆਂ ਦਾਤਾਂ ਵਿੱਚੋਂ ਕੜਾਹ ਪ੍ਰਸ਼ਾਦ ਦਾ ਥਾਲ ਸੱਜ ਕੇ ਹਾਜ਼ਰ ਹੈ ਆਪ ਕਿਰਪਾ ਕਰੋ ਭੋਗ ਲਾਓ ਸ਼ੀਸ਼ਿਆ ਪਿਆਰੀ ਸਾਧ ਸੰਗਤ ਨੂੰ ਮਿਲੇ ਕਲਾ ਜੀ ਵਰਤੇ ਨਾਮ ਚਿਤਾਵੇ ਸਾਰੇ ਪਰਿਵਾਰ ਨੂੰ ਸੱਚੇ ਪਾਤਸ਼ਾਹ ਮਾਲਕ ਬਾਬੇ ਦੇ ਚਰਨਾਂ ਨਾਲ ਜੁੜ ਰੱਖਣਾ ਸੱਚੇ ਪਾਤਸ਼ਾਹ ਭਾਣਾ ਮੰਨਣ ਦਾ ਬਲ ਬਖਸ਼ਣਾ ਵਿਆਹ ਕਰਨ ਸੱਚੇ ਪਾਤਸ਼ਾਹ ਜੋ ਵੀ ਜੀ ਸੱਚੇ ਪਾਤਸ਼ਾਹ ਮਾਤਾ ਜੀ ਦੇ ਭੋਗ ਤੇ ਆਇਆ ਹੈ ਸੱਚਾ ਸਾਹਿਬ ਸਦ ਮਿਹਰਬਾਨ ਬੰਦ ਪਾਇਆ ਮੇਰੇ ਸਤਿਗੁਰ ਪੂਰੇ ਹੋਈ ਸਰਬ ਕਲਿਆਣ ਨਾਨਕ ਸਦ ਕੁਰਬਾਨ ਜਿਉ ਪਾਏ ਪਿੰਡ ਦਿਨ ਸਾਜਿਆ ਦਿੱਤਾ ਪਿੰਡ ਖਾਣ ਆਪਣੇ ਦਾਸ ਕੀ ਆਪ ਪੈਜ ਰਾਖੀ ਨਾਨਕ ਸਦ ਕੁਰਬਾਨ ਸਸਨਾ ਸ੍ਰੀ ਵਾਹਿਗੁਰੂ ਜੀ ਜਗਜੀਤ ਸਿੰਘ ਜੀ ਦਰਜੀ ਦਿੱਲੀ ਠਾੜ ਜਿੱਥੇ ਮੁੱਖ ਸੇਵਾਦਾਰ ਬਚਨ ਮੰਨ ਕੇ ਡਿਊਟੀ ਨਿਭਾ ਰਹੇ ਹਨ ਉੱਥੇ ਨਾਲ ਹੁਕਮ ਮੰਨ ਕੇ ਖੁਸ਼ੀਆਂ ਵੀ ਲੈਂਦੇ ਹਨ ਸੋ ਤਾਂ ਇਹ ਪਰਿਵਾਰ ਜਿੱਥੇ ਮਾਤਾ ਜੀ ਨੇ ਧੰਨ ਬਾਬਾ ਈਸ਼ਰ ਸਿੰਘ ਮਹਾਰਾਜ ਦੇ ਦਰਸ਼ਨ ਕੀਤੇ ਔਰ ਹੁਣ ਆਪਣੇ ਮਾਲਕ ਬਾਬਾ ਜੀ ਦੇ ਦਰਸ਼ਨ ਕੀਤੇ ਨਾਨਕਸਰ ਜਾ ਕੇ ਖੁਸ਼ੀਆਂ ਲਈਆਂ ਅਤੇ ਨਾਲ ਪੋਤਿਆਂ ਦੇ ਵੀ ਦਰਸ਼ਨ ਕੀਤੇ ਪੋਤਿਆਂ ਨੂੰ ਵੀ ਦੇਖਿਆ ਗੁਰਮੁਖੋ ਬਾਬਾ ਜੀ ਵਚਨ ਕਰ ਰਹੇ ਸਨ ਕਿ ਇਸ ਜਨਮ ਦੀ ਬਾਜੀ ਨੂੰ ਜਿੱਤ ਕੇ ਗਏ ਹਨ ਸੋ ਇਸ ਕਰਕੇ ਆਪਣੇ ਕੋਲ ਕਬੀਰ ਸਾਹਿਬ ਤਾਂ ਹੀ ਵਚਨ ਕਰਦੇ ਹਨ ਇਹੋ ਤਨ ਜਾਏਗੋ ਕਰਨੇ ਮਾਰਗ ਲਾਏ ਆਪਣੇ ਸਾਰਿਆਂ ਦਾ ਸਰੀਰ ਜਾ ਰਿਹਾ ਹੈ ਤੂੰ ਖਿਆਲ ਕਰ ਵੀ ਕਿਹੜੇ ਮਾਰਗ ਤੇ ਲਾਉਣਾ ਹੈ ਇਸ ਨੂੰ ਕਿਹੜੇ ਮਾਰਗ ਤੇ ਤੁਰਨਾ ਹੈ ਆਪਣਾ ਵਿਰਧ ਪਛਾਣ
ਰੱਖੇ ਕਰ ਆਪਣੇ ਸਦਾ ਸਦਾ ਰੰਗ ਮਾਂ। ਪਾਤਸ਼ਾਹ ਨੇ ਦੂਸਰੇ ਪਾਤਸ਼ਾਹ ਬਾਬਾ ਜੀ ਗੁਰਬਖਸ਼ ਸਿੰਘ ਜੀ ਨੇ ਦਰਗਾਹੀ ਹੁਕਮਨਾਮਾ ਸਰਵਣ ਕਰਾਇਆ। ਇਉਂ ਗੱਲ ਆਖੀ ਜਿਹੜੀ ਗੁਰਬਾਣੀ ਹੈ ਨਾ ਇਹ ਜਗਵਾਦੀ ਹੈ, ਜਗ ਨੂੰ ਸਿੱਖਿਆ ਦਿੰਦੀ ਹੈ, ਜਗ ਨੂੰ ਹੀ ਇਹ ਗੱਲ ਕਹਿੰਦੀ ਹੈ। ਮਨੁੱਖ ਮਨੁੱਖ ਸਰਮੌਰ ਹੈ ਧਰਤੀ ਦਾ, ਮਨੁੱਖ ਸਰਮੌਰ ਹੈ, ਉਹਦੇ ਹੀ ਇਹ ਸਾਰੀ ਸੰਸਾਰ ਚੱਲਦਾ। ਬਾਕੀ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਹਾਜ਼ਰੀ ਸਾਡੇ ਬਹੁਤ ਹੀ ਸਤਿਕਾਰਯੋਗ ਮਾਤਾ ਮੰਦਰ ਕੌਰ ਜੀ ਦੀ ਅੰਤਮ ਅਰਦਾਸ ਸ਼ਬਦ ਸੰਸਾਰ ਸੰਗਤ ਗੱਜ ਕੇ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਹਾ ਗੁਰੂ ਲਿਖਿਆ ਤਿਹਾ ਹੁਕਮ ਕਮਾਏ, ਇਕੱਲੇ ਆਪਣੇ ਨਾਨਕਾ ਸਦੇ ਉੱਠ ਗਿਆ ਜਮਾ ਵਕਤ ਅਨੁਸਾਰ। ਆਪ ਬੜੀ ਬਾਤ ਜਾਣੋ, ਜਿੰਨੀ ਸਵਾਸਾਂ ਦੀ ਪੂੰਜੀ ਸਤਿਗੁਰਾਂ ਨੇ ਮਾਤਾ ਜੀ ਨੂੰ ਬਖਸ਼ਿਸ਼ ਕੀਤੀ ਸੀ ਉਹ ਭੋਗ ਕੇ ਗੁਰੂ ਚਰਨਾਂ ਵਿੱਚ ਜਾ ਬੈਠੇ। ਦਾਸ ਤੋਂ ਪਹਿਲਾਂ ਮਾਸਟਰ ਜੀ ਨੇ ਆਪ ਜੀ ਨੂੰ ਕੋਈ ਐਸਾ ਪਹਿਲੂ ਨਹੀਂ ਛੱਡਿਆ ਜਿਸ ਤੋਂ ਜਾਣੂ ਨਾ ਕਰਾਇਆ ਗਿਆ। ਭਾਵੇਂ ਗੁਰਮਤਿ ਦੀ ਗੱਲ ਹੋਵੇ, ਭਾਵੇਂ ਦੁਨੀਆਦਾਰੀ ਦੀ ਗੱਲ ਹੋਵੇ, ਹਰ ਪੱਖ ਤੋਂ ਮਾਸਟਰ ਜੀ ਨੇ ਆਪਾਂ ਨੂੰ ਗੁਰਬਾਣੀ ਦੀਆਂ ਤੁਕਾਂ ਸੁਣਾ ਕੇ ਮਾਤਾ ਜੀ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ। ਦਸਾਂ ਪਾਤਸ਼ਾਹਾਂ ਦੀ ਪਾਵਨ ਜੋਤ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਪਵਿੱਤਰ ਹਜ਼ੂਰੀ 'ਚ ਵਿਰਾਜਮਾਨ, ਗੁਰੂ ਪਿਆਰੀ ਸਾਧ ਸੰਗਤ ਲਵਾਓ ਹਾਜ਼ਰੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਆਪਾਂ ਸਾਰੇ ਉਸ ਮਾਤਾ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਵਾਸਤੇ ਇਕੱਤਰ ਹੋਏ ਹੈ ਜੋ ਸਮਾਜ ਵਾਸਤੇ ਇੱਕ ਮਿਸਾਲ ਹੈ। ਗਿਆਨੀ ਜੀ ਉਹਨਾਂ ਨੇ ਪਰਿਵਾਰ ਬਾਰੇ ਬਹੁਤ ਵਿਸਥਾਰ ਸਹਿਤ ਦੱਸਿਆ। ਬਾਬਾ ਜੀ ਦੀ ਬੜੀ ਕਿਰਪਾ ਹੈ, ਮਾਤਾ ਮਹਿੰਦਰ ਕੌਰ ਜੀ ਨੂੰ ਚਰਚਾ ਦੇ ਭੇਟ ਕਰਨ ਆਈ ਸਮੁੱਚੀ ਸਾਧ ਸੰਗਤ ਜੀ ਕਰੋ ਰਸਨਾ ਸਮੇਤ ਲਵਾਓ ਹਾਜ਼ਰੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰ ਜੋ ਗੁਰੂ ਕੀ ਸਾਚੀ ਨਿਵਾਜੀ ਸਾਧ ਸੰਗਤ ਜੀ, ਕੁਛ ਗੁਰਾਂ ਦੀ ਪਾਵਨ ਹਾਜ਼ਰੀ ਜੁੜ ਬੈਠੀ ਗੁਰੂ ਖਾਲਸਾ ਸਾਹਿਬ ਸਰਗਤ ਜੀ, ਮੈਂ ਆਪ ਸਭ ਨੂੰ ਬੜੇ ਆਦਰ ਅਤੇ ਸਤਿਕਾਰ ਨਾਲ ਫਤਿਹ ਬਣਾਉਣਾ ਪ੍ਰਵਾਨ ਕਰਿਓ। ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਅੱਜ ਆਪਾਂ ਸਾਰੇ ਗੁਰੂ ਸਾਹਿਬ ਦੇ ਚਰਨਾਂ 'ਚ ਇਕੱਤਰ ਹੋਏ ਹਾਂ ਅਤੇ ਸਾਰਿਆਂ ਨੇ ਮਿਲ ਕੇ ਅਰਦਾਸ ਕੀਤੀ ਹੈ ਸੱਚੇ ਪਾਤਸ਼ਾਹ ਵਾਹਿਗੁਰੂ ਸਾਡੇ ਕੋਲੋਂ ਵਿਛੜੀ ਆਤਮਾ ਨੂੰ ਆਪਣੇ ਪਾਵਨ ਚਰਨਾਂ 'ਚ ਨਿਵਾਸ ਸਥਾਨ ਬਖਸ਼ੀ। ਪਿੱਛੇ ਸਾਨੂੰ ਸਾਰਿਆਂ ਨੂੰ ਇਹ ਭਾਣਾ ਮੰਨਣ ਦਾ ਬਲ ਬਖਸ਼ੋ। ਇਹਨਾਂ ਸ਼ਬਦਾਂ ਨਾਲ ਮੈਂ ਗੁਰੂ ਸਾਹਿਬ ਨੂੰ ਬੇਨਤੀ ਕਰਦਾ ਸੱਚੇ ਪਾਤਸ਼ਾਹ ਵਾਹਿਗੁਰੂ ਜੋ ਆਪਣਾ ਜੀਵਨ ਬਣਾ ਕੇ ਗਏ ਆ ਮਾਤਾ ਜੀ, ਸਾਨੂੰ ਵੀ ਉਹਨਾਂ ਨੇ ਪਾਏ ਹੋਏ ਪਾਚਰਾਂ 'ਤੇ ਹੁਣ ਇਹ ਗਾੜੀਆਂ 'ਚ ਚੱਲਣਾ ਬਲ ਬਖਸ਼ੀ ਤਾਂ ਕਿ ਅਸੀਂ ਆਪਣੇ ਜੀਵਨ ਨੂੰ ਕਿਸੇ ਦਾ ਧਾਰਨੀ ਹੋ ਕੇ ਸਵਾਰ ਸਕੀਏ। ਇਹਨੀ ਸ਼ਬਦ ਕਰਕੇ ਆਪਣਾ ਮੈਂ ਚਾਹੁੰਦਾ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।
ਅਰਜਨ ਹਰ ਗੋਬਿੰਦ ਸਿੰਘ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਇਐ ਸ੍ਰੀ ਵਰਦੇਵ ਬਹਾਦਰ ਸੂਰੀਐ ਕਰਨਾਤਾ ਵੈ ਧਾਏ ਸਭ ਥਾਈ ਹੁਣਾ ਜੀ ਸਹਾਏ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਕਲ ਕੀ ਧਾਰਿਓ ਮਾਲਕ ਪਿਤਾ ਜੀ ਸਭ ਥਾਈ ਹੁਣਾ ਜੀ ਸਹਾਏ ਸਭ ਥਾਈ ਹੁਣਾ ਜੀ ਸਹਾਏ ਸਤਿ ਸ੍ਰੀ ਅਕਾਲ ਹਾਜਰਾ ਹਜੂਰ ਜਹਰਾ ਕਲ ਚੁੱਕੇ ਗੋਹਿਤ ਨਾਮ ਕੀ ਨਹਾਜ ਹਲਤ ਪਲਤ ਕੇ ਰੱਖਿਆ ਕਲੋਕ ਪ੍ਰਲੋਕ ਕੇ ਸਹਾਇਕ ਇਸਕੇ ਪਾਠ ਦਰਸ਼ਨ ਦੀਦਾਰ ਜੀ ਕਾ ਧਿਆਨ ਧਰੋ ਖਾਲਸਾ ਜੀ ਸਾਧ ਸੰਗਤ ਸਾਹਿਬ ਗੁਰਨਾ ਜੀ ਦਸ ਪਾਤਸ਼ਾਹ ਚਾਰ ਸਾਹਿਬਜ਼ਾਦੇ ਪੰਜ ਪਿਆਰੇ ਚਾਲੀ ਮੁਕਤੇ ਸਮੂਹ ਸੰਤਾ ਸਮੂਹ ਭਗਤਾ ਸਮੂਹ ਹੱਟੀਆਂ ਜਪੀਆਂ ਜਪੀਆਂ ਸਤੀਆਂ ਸਮੂਹ ਸਦਕ ਵਾਲਾ ਸ਼ਹੀਦ ਸੱਚਾ ਜੀ ਕਮਾਈ ਦਾ ਧਿਆਨ ਧਰ ਖਾਲਸਾ ਜੀ ਸਾਧ ਸੰਗਤ ਸਹਿਬ ਸਮੂਹ ਗੁਰਤਖਤਾ ਸਮੂਹ ਗੁਰਦੁਆਰਿਆ ਝੰਡਿਆ ਬੂਗਿਆ ਨਿਸ਼ਾਨਾ ਧੰਨ ਧੰਨ ਬਾਬਾ ਜੀ ਦੇ ਨਾਮ ਬੰਦਗੀ ਵਾਲੇ ਪਵਿੱਤਰ ਅਸਥਾਨਾਂ ਦਾ ਧਿਆਨ ਧਰ ਖਾਲਸਾ ਜੀ ਸਾਧ ਸੰਗਤ ਸਾਹਿਬ ਗੁਰਨਾ ਜੀ ਅਰਦਾਸ ਬੇਨਤੀ ਹੈ ਕੱਲੇ ਆਵੇ ਨਾਨਕਾ ਸਦੇ ਉੱਠ ਜਾਵੇ ਮਹਾਂਵਾਕ ਸੱਚੇ ਪਾਤਸ਼ਾਹ ਮਾਤਾ ਵੀ ਦਰਬਾਰ ਸੱਚੇ ਪਾਤਸ਼ਾਹ ਸੁਪਤਰੀ ਲਾਲ ਸਿੰਘ ਸੱਚੇ ਪਾਤਸ਼ਾਹ ਆਪ ਜੀ ਦੇ ਚਰਨਾਂ ਵਿੱਚ ਜਾ ਬਰਾਦਰ ਸੱਚੇ ਪਾਤਸ਼ਾਹ ਉਹਨਾਂ ਦੀ ਰੂਹ ਦੀ ਸ਼ਾਂਤੀ ਵਾਸਤੇ ਉਹਨਾਂ ਦੇ ਸਾਰੇ ਪਰਿਵਾਰ ਵੱਲੋਂ ਰਲ ਕਰਕੇ ਸੱਚੇ ਪਾਤਸ਼ਾਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਡ ਪਾਠ ਨਾਲ ਸ੍ਰੀ ਰਾਗੀ ਸਾਹਿਬ ਜੀ ਦੇ ਅਖੰਡ ਪਾਠ ਨਾਲ ਸਹਿਜ ਪਾਠਾਂ ਦੇ ਵੀ ਭੋਗ ਪਾਏ ਗਏ ਹਨ ਸੱਚੇ ਪਾਤਸ਼ਾਹ ਸੱਚੇ ਪਾਤਸ਼ਾਹ ਜਿਹੜਾ ਕਹਿੰਦੇ ਸੱਚੇ ਪਾਤਸ਼ਾਹ ਮਗਰ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ ਸੱਚੇ ਪਾਤਸ਼ਾਹ ਇਸੇ ਸੰਬੰਧ ਸੱਚੇ ਪਾਤਸ਼ਾਹ ਜੀ ਸੁੰਦਰ ਮਾਰਿਆ ਬਹਿਣ ਆਏ ਕਿਰਪਾ ਕਰੋ ਆਪ ਕਰੋ ਆਪਣਾ ਬਖਸ਼ਿਆ ਹੋਈਆਂ ਦਾਤਾਂ ਵਿੱਚੋਂ ਕੜਾਹ ਪ੍ਰਸ਼ਾਦ ਦਾ ਥਾਲ ਸੱਜ ਕੇ ਹਾਜ਼ਰ ਹੈ ਆਪ ਕਿਰਪਾ ਕਰੋ ਭੋਗ ਲਾਓ ਸ਼ੀਸ਼ੀਆਂ ਪਿਆਰੀ ਸਾਧ ਸੰਗਤ ਮਿਲੇ ਕਲਾ ਜੀ ਵਰਤੇ ਨਾਮ ਚਿਤਾਵੇ ਸਾਰੇ ਪਰਿਵਾਰ ਨੂੰ ਸੱਚੇ ਪਾਤਸ਼ਾਹ ਮਾਲਕ ਬਾਬੇ ਦੇ ਚਰਨਾਂ ਨਾਲ ਜੋੜੀ ਰੱਖਣਾ ਸੱਚੇ ਪਾਤਸ਼ਾਹ ਭਾਣਾ ਮੰਨਣ ਦਾ ਬਲ ਬਖਸ਼ਣਾ ਵਿਆਹ ਕਰਨ ਸੱਚੇ ਪਾਤਸ਼ਾਹ ਜੋ ਵੀ ਜੀ ਸੱਚੇ ਪਾਤਸ਼ਾਹ ਮਾਤਾ ਜੀ ਦੇ ਭੋਗ ਤੇ ਆਇਆ ਹੈ ਕਲਿਆਣ ਰਹਾਓ ਜੀਓ
ਸਖੀ ਆਪ ਪੈਰੀ ਰਾਖੀ ਨਾਨਕ ਸਦ ਕੁਰਬਾਨ ਜਿਉ ਪਾਏ ਪਿੰਡ ਦਿਨ ਸਾਜਿਆ ਦਿੱਤਾ ਪਿੰਡ ਖਾਣ ਆਪਣੇ ਦਾਸ ਕੀ ਆਪ ਪੈਰੀ ਰਾਖੀ ਨਾਨਕ ਸਦ ਕੁਰਬਾਨ ਕੱਪੜੇ ਦਿੱਤੇ, ਛਕਣ ਦੇ ਲਈ ਸ਼ਕਤੀ ਪਦਾਰਥ ਦਿੱਤੇ, ਉਸ ਨਿਰੰਕਾਰ ਨੂੰ ਧਿਆਉਣ ਦੇ ਲਈ ਆਪਣੇ ਕੋਲ ਇਹ ਸਰੀਰ ਮਿਲਿਆ ਹੈ। ਆਓ ਜਿਤਨੇ ਵੀ ਆਏ ਕਬੀਰ ਜਿਸ ਮਰਨੇ ਤੇ ਜਗ ਕਰੇ ਮੇਰੇ ਮਨ ਆਨੰਦ ਮਰਨੇ ਹੀ ਤੇ ਪਾਈਏ ਪੂਰਨ ਪਰਮਾਨੰਦ। ਮਾਤਾ ਮਹਿੰਦਰ ਕੌਰ ਜੀ ਗੁਰਮੁਖੋ ਬਹੁਤ ਹੀ ਲੰਬੇ ਸਮੇਂ ਤੋਂ ਜੋ ਇਹ ਪਰਿਵਾਰ ਆਪਣੇ ਬਾਲਕ ਬਾਬਾ ਜੀ ਦੇ ਚਰਨਾਂ ਦੇ ਨਾਲ ਜੁੜਿਆ ਹੈ, ਕਿਉਂਕਿ ਜੋ ਸਰਦਾਰ ਜਗਜੀਤ ਸਿੰਘ ਜੀ ਦਰਜੀ ਦਿੱਲੀ ਠਾਠ ਜਿੱਥੇ ਮੁੱਖ ਸੇਵਾਦਾਰ ਬਚਨ ਮੰਨ ਕੇ ਡਿਊਟੀ ਨਿਭਾ ਰਹੇ ਹਨ ਉੱਥੇ ਨਾਲ ਹੁਕਮ ਮੰਨ ਕੇ ਖੁਸ਼ੀਆਂ ਵੀ ਲੈਂਦੇ ਹਨ। ਸੋ ਤਾਂ ਇਹ ਪਰਿਵਾਰ ਜਿੱਥੇ ਮਾਤਾ ਜੀ ਨੇ ਧੰਨ ਬਾਬਾ ਈਸ਼ਰ ਸਿੰਘ ਮਹਾਰਾਜ ਦੇ ਦਰਸ਼ਨ ਕੀਤੇ ਔਰ ਹੁਣ ਆਪਣੇ ਬਾਲਕ ਬਾਬਾ ਜੀ ਦੇ ਦਰਸ਼ਨ ਕੀਤੇ, ਨਾਨਕਸਰ ਜਾ ਕੇ ਖੁਸ਼ੀਆਂ ਲਈਆਂ ਅਤੇ ਨਾਲ ਪੋਤਿਆਂ ਦੇ ਵੀ ਦਰਸ਼ਨ ਕੀਤੇ, ਪੜੋਤਿਆਂ ਨੂੰ ਵੀ ਵੇਖਿਆ। ਗੁਰਮੁਖੋ ਬਾਬਾ ਜੀ ਵਚਨ ਕਰ ਰਹੇ ਸਨ ਕਿ ਇਸ ਜਨਮ ਦੀ ਬਾਜੀ ਨੂੰ ਜਿੱਤ ਕੇ ਗਏ ਹਨ। ਸੋ ਇਸ ਕਰਕੇ ਆਪਣੇ ਕੋਲ ਕਬੀਰ ਸਾਹਿਬ ਤਾਂ ਹੀ ਵਚਨ ਕਰਦੇ ਹਨ, ਇਹੋ ਤਨ ਜਾਏ ਗੋ ਕਬਨੇ ਮਾਰਗ ਲਾਏ। ਆਪਣੇ ਸਾਰਿਆਂ ਦਾ ਸਰੀਰ ਜਾ ਰਿਹਾ ਹੈ, ਤੂੰ ਖਿਆਲ ਕਰ ਵੀ ਕਿਹੜੇ ਮਾਰਗ ਤੇ ਲਾਉਣਾ ਹੈ ਇਸ ਨੂੰ, ਕਿਹੜੇ ਮਾਰਗ ਤੇ ਤੁਰਨਾ ਹੈ। ਕਹਿ ਸੰਗਤ ਕਰ ਸਾਧ ਕੀ, ਕਹਿ ਹਰ ਕੇ ਗੁਣ ਗਾਏ। ਉਸ ਮਾਰਗ ਤੇ ਮਾਤਾ ਮਹਿੰਦਰ ਕੌਰ ਜੀ ਤੁਰੇ, ਉਸ ਮਾਰਗ ਤੇ ਆਪਣੇ ਪਰਿਵਾਰ ਨੂੰ ਤੋਰਿਆ, ਲੜੀ ਨਾਲ ਲੜੀ ਜੋੜ ਦਿੱਤੀ ਔਰ ਉਹ ਪਰਿਵਾਰ ਸਾਰਾ ਹੀ ਬਾਬਾ ਜੀ ਦਾ ਪਰਿਵਾਰ ਹੀ ਹੈ। ਹੁਣ ਆਓ ਹੁਕਮ ਦੇ ਅਨੁਸਾਰ ਗਿਆਨੀ ਆਤਮਾ ਸਿੰਘ ਜੀ ਮਹਿਰੋਂ ਤੋਂ ਉਹਨਾਂ ਦੇ ਅਸਰਾਂ ਤੋਂ ਵਿਚਾਰਾਂ ਸਰਵਣ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਜੀ ਜੀ। ਆਪਣਾ ਵਿਰਧ ਪਛਾਣ ਹਾਰ ਦੇ ਰਾਖੇ ਕਰ ਆਪਣੇ ਸਦਾ ਸਦਾ ਰੰਗ ਮਾਣ। ਪਾਤਸ਼ਾਹ ਨੇ ਦੂਸਰੇ ਪਾਤਸ਼ਾਹ ਬਾਬਾ ਜੀ ਗੁਰਬਖਸ਼ ਸਿੰਘ ਜੀ ਨੇ ਦਰਗਾਹੀ ਹੁਕਮਨਾਮਾ ਸਰਵਣ ਕਰਾਇਆ। ਇਉਂ ਗੱਲ ਆਖੀ ਜਿਹੜੀ ਗੁਰਬਾਣੀ ਹੈ ਨਾ ਇਹ ਜੱਗ ਵਰਤੀ ਹੈ, ਜੱਗ ਨੂੰ ਸਿੱਖਿਆ ਦਿੰਦੀ ਹੈ, ਜੱਗ ਨੂੰ ਹੀ ਇਹ ਗੱਲ ਕਹਿੰਦੀ ਹੈ। ਮਨੁੱਖ ਮਨੁੱਖ ਸਰਮੌਰ ਹੈ ਧਰਤੀ ਦਾ, ਮਨੁੱਖ ਸਰਮੌਰ ਹੈ, ਉਹਦੇ ਹੀ ਇਹ ਸਾਰੀ ਸੰਸਾਰ ਚੱਲਦਾ। ਬਾਕੀ ਦੀਆਂ ਜੂਨਾਂ ਜਿੰਨੀਆਂ ਘੱਟ 84 ਲੱਖ ਉਹ ਜਿਹੜਾ ਹੈ ਜਿਹੜਾ ਇਸੇ ਵਾਸਤੇ ਜਿੰਨੀ ਸਿੱਖਿਆ ਦਿੱਤੀ ਗੁਰਬਾਣੀ ਵਿੱਚ ਮਨੁੱਖ ਨੂੰ ਦਿੱਤੀ ਗਈ, ਮਨੁੱਖ ਨੇ ਹੀ ਇਹ ਗੱਲ ਕਹਿਣੀ ਆ ਆਪਦੇ ਮੁਖ ਤੋਂ। ਹਮਰੀ ਗੰਢ ਨਾ ਗੜੀਆਂ ਕਾਈ, ਮੇਰੀ ਗੱਲ ਨਾ ਕਰ, ਮੈਂ ਤਾਂ ਅਣਜਾਣ, ਮੈਨੂੰ ਕੋਈ ਇੰਨੀ ਸੋਝੀ ਨਹੀਂ ਸੰਸਾਰ ਦੀ, ਨਾ ਹੀ ਮੇਰੇ ਕਰਮ ਚੰਗੇ ਹੈ, ਨਾ ਹੀ ਮੇਰੇ ਪੱਲੇ ਨਾਮ ਹੈ, ਮੈਂ ਨਾਮ ਤੋਂ ਵਿਹੂਣਾ। ਪਰ ਹੇ ਪਰਮਾਤਮਾ, ਹੇ ਗੁਰੂ ਨਾਨਕ ਸੱਚੇ ਪਾਤਸ਼ਾਹ, ਹੇ ਨਿਰੰਕਾਰ, ਮੇਰੀ ਗੱਲ ਨਾ ਕਰੀ, ਮੈਂ ਅਣਜਾਣ। ਤੂੰ ਜਦੋਂ ਜਦੋਂ ਧਰਤੀ ਤੇ ਆਇਆ ਉਦੋਂ ਹੀ ਤੂੰ ਆ ਕੇ ਇਸ ਧਰਤੀ ਦੇ ਪਾਪ ਲਏ ਤੇ ਪੁੰਨ ਦਿੱਤੇ, ਪੁੰਨ ਦਿੱਤੇ। ਜਦੋਂ ਹੀ ਧਰਤੀ ਦੇ ਉੱਤੇ ਕਲਯੁਗ ਦਾ ਜ਼ੋਰ ਵਧਿਆ, ਗੀਤਾ ਨੇ ਵੀ 4th ਅਧਿਆਇ ਵਿੱਚ ਇੱਕ ਸ਼ਲੋਕ ਲਿਖਿਆ, ਯਦਾ ਯਦਾ ਹੀ ਧਰਮਸਿਆ ਗਲਾਨੀ ਔਰ ਭਗਤੀ ਪਾਠ ਆਪ ਅਥਾਨਨ ਅਧਾਤਮਸਿਆ ਅਧਾਤਮ ਸਿਰਜਸਮ ਅਹਿਮ ਐਂ ਲਿਖਿਆ ਉੱਥੇ ਵੀ ਰੱਬ ਦਾ ਆਪਣੇ ਆਪ ਨੂੰ
ਸਿੱਖ ਲੈਂਦਾ ਤੇ ਸਿੱਖ ਕੇ ਕੀ ਕਰਦਾ ਫਿਰ ਉਹ ਸਿੱਖਿਆ ਦਿੰਦਾ ਮਨੁੱਖਾਂ ਨੂੰ ਰਾਹ ਪਾਉਂਦਾ ਪੈਂਦਾ ਮਨੁੱਖ ਕਿੱਥੇ ਆ ਰਾਹ ਸਤਸੰਗ ਵਿੱਚ ਆ ਕੇ ਹੋਰ ਵੀ ਕਿਤੇ ਰਾਹ ਪੈ ਸਕਦਾ ਸਤਸੰਗ ਵਿੱਚ ਹੀ ਆ ਕੇ ਰਾਹ ਪੈਂਦਾ ਹੈ ਇਸੇ ਤਰ੍ਹਾਂ ਹੀ ਅੱਜ ਵੀ ਆਪਾਂ ਸਾਰੇ ਮਾਤਾ ਮਹਿੰਦਰ ਕੌਰ ਜੀ ਉਹਨਾਂ ਦੀ ਅੰਤਮ ਅਰਦਾਸ ਵਿੱਚ ਇਕੱਠੇ ਹੋਏ ਹਾਂ ਕਾਫੀ ਲੰਮੀ ਉਮਰ ਉਹਨਾਂ ਨੇ ਭੋਗੀ ਹੈ 85-86 ਸਾਲ ਦੀ ਉਹਨਾਂ ਦੀ ਉਮਰ ਹੋਈ ਹੈ ਮਨੁੱਖ ਸਫਲ ਤੇ ਅਸਫਲ ਹੈ ਇਹ ਗੱਲ ਆਪਾਂ ਵੇਖਣੀ ਹੈ ਜਿਹੜੀ ਉਮਰ ਦਿੱਤੀ ਸੀ ਨਾ ਉਮਰ ਰੱਬ ਨੇ ਦਿੱਤੀ ਜਾਂ ਤੈਨੂੰ ਇੰਨੀ ਉਮਰ ਦਿੱਤੀ ਰੱਬ ਨਹੀਂ ਮੁੜ ਕੇ ਇੱਕ ਤਿੰਨ ਭੰਨਾ ਘਾਟੇ ਐਂ ਬਣੀ ਦੀ ਗੱਲ ਹੈ ਉਹ ਵੀ ਇਹ ਗੱਲ ਵੇਖਦਾ ਗਾ ਬਈ ਮੈਂ ਪਹਿਲਾਂ ਹੀ ਲੈ ਜਾਵਾਂ ਇਹਦੇ ਮਾੜੇ ਕੰਮ ਸ਼ੁਰੂ ਕਰਕੇ ਨਹੀਂ ਨਹੀਂ ਮਨੁੱਖ ਦੇ ਕਰਮ ਕਰਨੀ ਆਪੋ ਆਪਣੀ ਇਹ ਨੇੜੇ ਦੇਖੇ ਜਦੋਂ ਜਾਊਗਾ ਨਾ ਧਰਤੀ ਤੋਂ ਉਦੋਂ ਆਪੇ ਆਪਣੀ ਕਰਨੀ ਦਾ ਫਲ ਪਾਊਗਾ ਗੁਰਬਾਣੀ ਨੇ ਸਪਾਈ ਵੀ ਕਿਹਾ ਨਾਨਕ ਜੀ ਉਪਾਇ ਕੇ ਲਿਖ ਨਾਮ ਹੈ ਧਰਮ ਬਹਾਲਿਆ ਜਿਹੜੇ ਹੋਣਗੇ ਨਾ ਦੋਸ਼ੀ ਉਹਨਾਂ ਨੂੰ ਹੱਦ ਕੱਢ ਦੂਗਾ ਇਸ ਵਾਸਤੇ ਮਨੁੱਖ ਨੂੰ ਬਾਣੀ ਨੇ ਤਾੜਨਾ ਵੀ ਕੀਤੀ ਸਿੱਖਿਆ ਵੀ ਦਿੱਤੀ ਮਨੁੱਖ ਦੀ ਹੀ ਰਹਿਨੁਮਾਈ ਕੀਤੀ ਮਨੁੱਖ ਵਾਸਤੇ ਵੀ ਪਾਣੀ ਰੱਖੀ ਸਾਡੇ ਤ੍ਰੈਮਣ ਦੇਹਰੀ ਚੱਲਾ ਪਾਣੀ ਆਨਾ ਫਰੀਦ ਜੀ ਕਹਿੰਦੇ ਐਂ ਫਰੀਦ ਨੇ ਸਿੱਖਿਆ ਦਿੱਤੀ ਸਾਡੇ ਤ੍ਰੈਮਣ ਦੇਹਰੀ ਚੱਲਾ ਪਾਣੀ ਆਨਾ ਆਇਓ ਬੰਦਾ ਦੁਨੀਆਂ ਚ ਵਾਧਾ ਸੁਣੀ ਪਾਣੀ ਮਨੁੱਖ ਹੀ ਆਇਆ ਆਏ ਤਾਂ ਪਸ਼ੂ ਵੀ ਹੈ ਆਏ ਤਾਂ ਸਾਰੇ ਹੀ ਧਰਤੀ ਤੇ ਪਰ ਬਾਣੀ ਨੇ ਗੁਰਬਾਣੀ ਨੇ ਕੀ ਕਿਹਾ ਮਨੁੱਖ ਨੂੰ ਹੀ ਪੈ ਦਿੱਤੀ ਕਿਉਂਕਿ ਮਨੁੱਖ ਹੀ ਸਭ ਕੁਛ ਹੈ ਜਿੰਨੀ ਵਾਰ ਨਿਰੰਕਾਰ ਨੇ ਧਰਤੀ ਦੇ ਉੱਤੇ ਆਪਦੀ ਮੌਤ ਜਿਤਾਈ ਹੈ ਮਨੁੱਖ ਰੂਪ ਵਿੱਚ ਜਿਤਾਈ ਹੈ ਚਾਹੇ ਰਾਮਚੰਦਰ ਜੀ ਆਏ ਚਾਹੇ ਕ੍ਰਿਸ਼ਨ ਜੀ ਆਏ ਚਾਹੇ ਬੋਧ ਆਇਆ ਚਾਹੇ ਮੁਹੰਮਦ ਸਾਹਿਬ ਆਇਆ ਚਾਹੇ ਗੁਰੂ ਨਾਨਕ ਪਾਤਸ਼ਾਹ ਆਏ ਦਸਵੇਂ ਪਾਤਸ਼ਾਹ ਆਏ ਜੋ ਵੀ ਬਾਬਾ ਨੰਦ ਸਿੰਘ ਜੀ ਆਏ ਜਿੰਨੇ ਵੀ ਮਹਾਂਪੁਰਖ ਧਰਤੀ 'ਤੇ ਆਏ ਮਨੁੱਖ ਰੂਪ ਵਿੱਚ ਹੀ ਆਏ ਅਤੇ ਮਨੁੱਖ ਨੂੰ ਹੀ ਸਮਝਾਉਣ ਵਾਸਤੇ ਆਏ ਮਨੁੱਖ ਹੀ ਸਮਝਿਆ ਆਇਓ ਬੰਦਾ ਦੁਨੀਆਂ 'ਚ ਵਾਤਲ ਸੁਣੀ ਬਨ ਮਲਕਲ ਮੌਤ ਜਾਲ ਸੀ ਸਭ ਦਰਵਾਜ਼ੇ ਬਨ ਐਂ ਬਾਬੇ ਫਰੀਦ ਨੇ ਤਾੜਨਾ ਵੀ ਕੀਤੀ ਮਿੱਠੀ ਮਿੱਠੀ ਤਾੜਨਾ ਵੀ ਕੀਤੀ ਤੇਰੇ ਸੱਚਾਈ ਵੀ ਬੋਲੀ ਨਾ ਸਹਿ ਸੌ ਪਾਸੇ ਦੀ ਸੱਚਾਈ ਬਾਣੀ ਹੈ ਹੀ ਸੱਚੀ ਤਿੰਨ ਕਾਲ ਸੱਚੀ ਕੋਈ ਬਾਣੀ 'ਚ ਗੱਲ ਸੱਚੀ ਹੈ ਕੋਈ ਝੂਠ ਨਹੀਂ ਦਿੰਦੀ ਉਹਨਾਂ ਨੂੰ ਉਹਨਾਂ ਦੀ ਇਸੇ ਵਾਸਤੇ ਬਾਬੇ ਫਰੀਦ ਜੀ ਨੇ ਇਹ ਗੱਲ ਆਖੀ ਐ ਮਨੁੱਖ ਆਇਓ ਬੰਦਾ ਦੁਨੀਆਂ 'ਚ ਵੱਤ ਸੁਣੀ ਬਨ ਮਲਕਲ ਮੌਤ ਜਾਂ ਆਪਸੀ ਸਭ ਦਰਵਾਜ਼ੇ ਭੰਨ ਮੌਤ ਨੇ ਆ ਜਾਣਾ ਮੌਤ ਨੇ ਆ ਜਾਣਾ ਮੌਤ ਮੌਤ ਕਦੋਂ ਵੀ ਆ ਸਕਦੀ ਨਾ ਹੀ ਬਾਪ ਨਾ ਹੀ ਜੋਗ ਨੇ ਨਾ ਹੀ ਬਿੜਤੀ ਕਛ ਬੰਦ ਉਹ ਵੇਲਾ ਨਾ ਕੁੱਟੀਏ ਜਦ ਆਏ ਪਰ ਜਾਊਂ ਮੌਤ ਬਾਰੇ ਨਹੀਂ ਕਿਸੇ ਕੋਲ ਪਤਾ ਹੋਣਾ ਵੀ ਕਦੋਂ ਆ ਜਾਣੀ ਹੈ ਇਸੇ ਵਾਸਤੇ ਇਹ ਬਾਣੀ ਦੀ ਗੱਲ ਪੜ੍ਹਨ ਸਾਰ ਮਨੁੱਖ ਨੂੰ ਇਸ ਗੱਲ ਦਾ ਪਤਾ ਹੋਣਾ ਚਾਹੀਦਾ ਮੇਰੀ ਮੌਤ ਵੀ ਆਈ ਹੈ ਇਹਦਾ ਗੱਲ ਹੋਰ ਹੈ ਜੀ ਪਿੱਠ ਭੂਮੀ ਵਿੱਚ ਜਿਹੜਾ ਇਹ ਸ਼ਬਦ ਹੈ ਨਾ ਇਹ ਸ਼ਬਦ ਮੌਤ ਦੀ ਨਹੀਂ ਗੱਲ ਕਰਦਾ ਡਰਦਾ ਨਹੀਂ ਗੱਲ ਤੋਂ ਵੀ ਮੌਤ ਆ ਜਾਣੀ ਮੌਤ ਤੋਂ ਨਹੀਂ ਡਰ ਕਹਦਾ ਬਾਣੀ ਨੂੰ ਕੋਈ ਮੌਤ ਦਾ ਡਰ ਨਹੀਂ ਗਾ ਨਾ ਨਿਰੰਕਾਰ ਦੀ ਗੱਲ ਵਿੱਚ ਆਪਾਂ ਕੋਈ ਕਰ ਸਕਦੇ ਹੈ ਨਹੀਂ ਇਹਦਾ ਪਿੱਠ ਭੂਮੀ ਵਿੱਚ ਗੱਲ ਹੋਰ ਹੈ ਜਿਹੜੀ ਮਨੁੱਖ ਨੂੰ ਸਮਝਣੀ ਚਾਹੀਦੀ ਕੀ ਸਮਝਣੀ ਚਾਹੀਦੀ ਹੈ ਉਹ ਇਹ ਹੈ ਵੀ ਤੂੰ ਚੰਗੇ ਕੰਮ ਕਰਨ ਲੱਗ ਜਾ ਹੁਣੇ ਤੂੰ ਮਾੜੇ ਕੰਮ ਤਿਆਰ ਦੇ ਤੂੰ ਮਹਾਂਪੁਰਖਾਂ ਦਾ ਸਤਿਕਾਰ ਕਰਨਾ ਸ਼ੁਰੂ ਕਰ ਦੇ ਤੂੰ ਬਾਣੀ ਪੜ੍ਹਨੀ ਸ਼ੁਰੂ ਕਰ ਦੇ ਤੂੰ ਨਿਰੰਕਾਰ ਨੂੰ ਜਪਣਾ ਸ਼ੁਰੂ ਕਰ ਦੇ ਤੂੰ ਇੱਕੋ ਰੱਬ ਦੀ ਪੂਜਾ ਕਰ ਆਦ ਸੱਚ ਜਗਾਦ ਸੱਚ ਹੈ ਕੀ ਸੱਚ ਨਾਨਕ ਖੋਜੀ ਕੀ ਸੱਚ ਉਹ ਮਨੁੱਖ ਸਫਲ ਹੈ ਬਸ ਜਿਹਨੇ ਵੇਖਣਾ ਹੋਵੇ ਵੀ ਮੈਂ ਸਫਲ ਹੈ ਅਤੇ ਮੈਂ ਅਸਫਲ ਹੈ ਉਹ ਇਹ ਗੱਲ ਵੇਖ ਲੈ ਵੀ ਮੈਂ ਬਾਣੀ ਦੇ ਆਸ਼ੇ ਮੁਤਾਬਕ ਤੁਰਦਾ ਬਾਣੀ ਦੇ ਆਸ਼ੇ ਮੁਤਾਬਕ ਤੁਰਦਾ ਜੀ ਜਾਂ ਤਾਂ ਆਪਾਂ ਸਾਰੇ ਇਹ ਸੰਸਾਰ ਦੀ ਖੇਡ ਹੈ ਇਹ ਰੱਬ ਦੀ ਖੇਡ ਹੈ ਉਹਨੇ ਪਹਿਲਾਂ ਖੇਡ ਖੇਡੀ ਉਸੇ ਤਰ੍ਹਾਂ ਹੀ ਸੰਸਾਰ ਪੈਦਾ ਹੋ ਰਿਹਾ ਅਤੇ ਮਰਨਾ ਹੁਕਮ ਵਿੱਚ ਹੈ ਸਾਰੇ ਜੰਮਣ ਮਰਨਾ ਹੁਕਮ ਹੈ ਭਾਣਾ ਆਵਾ ਜਾਏ ਜੇ ਖਾਣਾ ਪੀਣਾ ਪਵਿੱਤਰ ਹੈ
ਦਿੱਤਾ ਉਹਨਾਂ ਰਿਲ ਕੇ ਸਮਾਜ ਸਾਰਿਆਂ ਨੂੰ ਰਿਲਕ ਦਿੰਦਾ ਜਿਹੜਾ ਆਪਾਂ ਦਿੰਦੇ ਹਾਂ ਹੁਣੇ ਹੁੰਦਾ ਕਹਿ ਕੇ ਗੱਲ ਆਪਾਂ ਕੱਪੜੇ ਵੀ ਪਾਈ ਜਾਂਦੇ ਹਾਂ ਰੋਟੀਆਂ ਵੀ ਖਾਈ ਜਾਂਦੇ ਹਾਂ ਆਪਾਂ ਦੇ ਪਦਾਰਥ ਖਾਂਦੇ ਹਾਂ ਤੇ ਦੂਜੀ ਗੱਲ ਹੋਰ ਇਹ ਬਾਣੀ ਗੱਲ ਕਾ ਤੋਂ ਆਖੀ ਭਲਾ ਇਹਦੇ ਪਿੱਛੇ ਦੂਜੀ ਇਹ ਗੱਲ ਹੈਗੀ ਵੀ ਰੱਬ ਨੂੰ ਵੀ ਯਾਦ ਕਰ ਭਾਜੀ ਜਿਹਨੇ ਤੈਨੂੰ ਹਰਿਆਲੀ ਦਿੱਤਾ ਜਿਹਨੇ ਤੈਨੂੰ ਸੋਹਣੀ ਸਿਹਤ ਦਿੱਤੀ ਹੈ ਜਿਹਨੇ ਤੈਨੂੰ ਸਰਦਾਰੀਆਂ ਦਿੱਤੀਆਂ ਜਿਹਨੇ ਤੈਨੂੰ ਆਪਣਾ ਸ਼ਾਨ ਦਿੱਤੀਆਂ ਜਿਹਨੇ ਤੈਨੂੰ ਸਾਰਾ ਕੁਛ ਦਿੱਤਾ ਉਸ ਨੂੰ ਵੀ ਯਾਦ ਕਰ ਉਸ ਨੂੰ ਵੀ ਯਾਦ ਕਰ ਮਾਤਾ ਅਮਰਿੰਦਰ ਕੌਰ ਜੀ ਦੇ ਬਾਰੇ ਗੱਲ ਕਰੀਏ ਵੀ ਉਹਨਾਂ ਨੇ ਕੀ ਇਸ ਰਾਹ ਤੇ ਚੱਲੇ ਹਾਂ ਚੱਲੇ ਸਾਨੂੰ 1932 ਚ ਜਦੋਂ ਉਹ ਜਨਮੇ ਸੀਗੇ ਉਦੋਂ ਇਹ ਹਿੰਦੁਸਤਾਨ ਦਾ ਜਿਹੜਾ ਢਾਂਚਾ ਸੀਗਾ ਬਹੁਤ ਗਰੀਬ ਸੀ ਬਹੁਤ ਹੀ ਪੜ੍ਹਾਈ ਤੋਂ ਵੱਖਣਾ ਸੀ ਅੱਜ ਕੱਲ੍ਹ ਵਰਗਾ ਗੁਰਦੁਆਰੇ ਅੱਜ ਕੱਲ੍ਹ ਵਰਗਾ ਕੋਈ ਸਾਧਨ ਨਹੀਂ ਸੀਗਾ ਪੜ੍ਹਾਉਣ ਦਾ ਚਲ ਭਾਈ ਪੜ੍ਹਾਉਂਦੇ ਹੁੰਦੇ ਸੀਗੇ ਮੈਂ ਵੀ ਜਦੋਂ ਨਿਆਣਾ ਦਾ ਸੀਗਾ ਉਹਨਾਂ ਨਾਲੋਂ ਮੈਂ 13-14 ਸਾਲ ਛੋਟਾ ਮੈਂ ਆਪ ਭਾਈਆਂ ਨੂੰ ਸਵਾਹ ਖਿਲਾ ਕੇ ਉੱਥੇ ਸਾਡੇ ਹੁੰਦਾ ਸੀ ਧਰਮਸ਼ਾਲਾ ਕੋਲੇ ਉਹਨੇ ਸਵਾਹ ਖਿਲਾ ਕੇ ਉੱਥੇ ਵਿਦਿਆ ਸੀ ਹੋਰ ਪਿੰਡਾਂ ਚ ਵਿਦਿਆ ਨਹੀਂ ਸੀਗੀ ਉਹਨਾਂ ਨੇ ਇਸ ਪਾਸੇ ਵੱਲ ਪੈ ਕੇ ਇਸ ਪਾਸੇ ਪੜ੍ਹਾਈ ਕੀਤੀ ਕੁੜੀਆਂ ਦੇ ਸੰਬੰਧ ਵਿੱਚ ਇੱਕ ਵੱਖਰੀ ਗੱਲ ਹੋਰ ਹੈ ਉਹ ਕੀ ਜਨਮ ਦੇਣ ਤੋਂ ਮਗਰੋਂ ਉਹਨਾਂ ਨੂੰ ਸਵਾਰਿਆ ਤੇ ਨਹੀਂ ਸਵਾਰਿਆ ਹਾਂ ਸਕੂਲ ਪਾਇਆ ਸੰਵਾਰਿਆ ਪੜ੍ਹਾਇਆ ਸਵੇਰੇ ਉੱਠ ਕੇ ਰੋਟੀ ਪਕਾ ਕੇ ਦਿੱਤੀ ਉਦੋਂ ਤੁਰ ਕੇ 2-4 ਕੋ ਕਿਤੇ ਕਿਤੇ ਸਕੂਲ ਹੁੰਦਾ ਸੀਗਾ 2-4 ਕੋ ਵਾਰਡ ਤੁਰ ਕੇ ਵੀ ਜਾਂਦੇ ਸੀ ਬੱਚੇ ਛੋਟੇ ਮਾਂ ਤੁਰ ਕੇ ਹੀ ਉੱਠਦੀ 4-4-5-5 ਬੱਚਿਆਂ ਨੂੰ 20-20 ਸਾਲ ਰੋਟੀਆਂ ਪਕਾ ਕੇ ਸਕੂਲ ਨੂੰ ਤੋੜਦੀ ਰਹੀ ਕਿੰਨਾ ਮਾਂ ਦਾ ਦੇਣ ਹੈ ਮਾਂ ਨੇ ਇਕੱਲਾ ਜਨਮ ਹੀ ਨਹੀਂ ਦਿੱਤਾ ਗਾ ਮਾਂ ਨੇ ਇਹ ਸੰਸਾਰ ਸਵਾਰਿਆ ਵੀ ਹੈ ਜੇ ਮਾਂ ਸਵਾਰੇ ਨਾ ਤੇ ਸੰਸਾਰ ਸਮਰ ਨਹੀਂ ਸਕਦਾ ਗਾ ਕੋਈ ਪ੍ਰਚਾਰ ਇਸ ਸੰਸਾਰ ਨੂੰ ਸਵਾਰ ਨਹੀਂ ਸਕਦਾ ਜੇ ਮਾਂ ਨਾ ਸਮਰੀ ਗਈ ਸੋ ਮਾਂ ਸਾਡਾ ਜਨਮ ਹੀ ਨਹੀਂ ਦਿੰਦੀ ਗੀ ਮਾਂ ਜਨਮ ਦੇਣ ਦੀ ਬਜਾਏ ਇਹ ਸੰਸਾਰ ਨੂੰ ਸਵਾਰ ਦੀ ਗਈ ਆ ਆਹ ਤੇਰਾ ਤਾਇਆ ਜੀ ਹੈ ਉਹ ਤੇਰਾ ਚਾਚਾ ਜੀ ਹੈ ਉਹ ਆਪਣੇ ਭਾਈ ਹੈ ਇਹਨਾਂ ਨੂੰ ਜੀ ਬੋਲਣਾ ਇਹਨੂੰ ਮੱਥਾ ਟੇਕਣਾ ਇਹ ਮਾਂ ਦੀ ਗੋਦੀ ਦੀ ਸਿੱਖਿਆ ਮਨੁੱਖ ਨੇ ਬਾਹਰ ਨਹੀਂ ਕਿਤੇ ਸਿੱਖਿਆ ਹੋ ਪਿਤਾ ਕੰਮ ਕਰਨ ਉੱਠ ਜਾਂਦਾ ਸੀ ਚਾਹੇ ਪੜ੍ਹਾਉਣ ਉੱਠ ਜਾਂਦਾ ਸੀ ਚਾਹੇ ਵਾਹੀ ਕਰਨ ਉੱਠ ਜਾਂਦਾ ਸੀ ਚਾਹੇ ਕਿਤੇ ਹੋਰ ਬਹੁਤ ਭਰਤੀ ਹੋ ਜਾਂਦਾ ਸੀ ਉਹਨੇ ਰੋਟੀਆਂ ਕਮਾਉਣੀਆਂ ਹੁੰਦੀਆਂ ਸੀ ਤੇ ਇਸ ਸਿੱਟੇ ਹੋਏ ਸੰਸਾਰ ਨੂੰ ਜੇ ਸਵਾਰਿਆ ਤੇ ਕੇਵਲ ਮਾਂ ਨੇ ਸਵਾਰਿਆ ਮਾਂ ਨੇ ਸਵਾਰਿਆ ਜੇ ਮਾਂ ਨਾ ਸਵਾਰੇ ਬੱਚਾ ਸਾਰੀ ਉਮਰ ਉਸ ਗੱਲ ਦਾ ਤਕਲੀਫ ਪਾਉਂਦਾ ਸਵਰ ਨਹੀਂ ਸਕ ਸਕਦਾ ਉਹ ਬੱਚੇ ਨੂੰ ਹਟਾਉਣੀ ਪੈਂਦੀ ਤਕਲੀਫ ਇਸ ਵਾਸਤੇ ਜਿਵੇਂ ਮਾਤਾ ਅਮਰਿੰਦਰ ਕੌਰ ਜੀ ਨੇ ਅੰਤਾਂ ਦਾ ਅਧਿਆਤਮ ਬਾਅਦ ਗੁਰੂ ਸਾਹਿਬ ਬੜੇ ਸਾਫ ਪੱਖ ਉਹਨਾਂ ਨੂੰ ਆਉਂਦਾ ਸੀਗਾ ਸਾਰਾ ਪੱਖ ਆਉਂਦਾ ਸੀਗਾ ਉਹ ਮੈਂ ਇੱਧਰ ਨਾ ਜਾਵਾਂ ਮੇਰਾ ਇਹ ਕੰਮ ਨਹੀਂ ਗਾ ਹੁਣ ਦੇ ਯੁੱਗ ਵਿੱਚ ਇੱਧਰਲੇ ਪਾਸਿਓਂ ਜਿਹੜਾ ਹੁਣ ਯੁੱਗ ਚੱਲੀ ਜਾਂਦਾ 2-2-3 ਮੋਬਾਈਲ 5-5 ਸੀਰੀਅਲ ਹੋਰ ਗੱਲਾਂ ਸਾਨੂੰ ਇਸ ਪੱਖ ਤੋਂ ਪਰੇ ਲੈ ਗਏ ਇਸ ਪੱਖ ਤੋਂ ਪਰੇ ਲੈ ਕੇ ਥੋੜ੍ਹਾ ਜਿਹਾ ਮਨੁੱਖ ਨੂੰ ਜਿਹੜੇ ਬੱਚੇ ਆ ਬੱਚੇ ਉਹਨੇ ਅਧਿਆਤਮਵਾਦੀ ਹੀ ਰਹੇਗੇ ਬੱਚੇ ਉਹਨੇ ਅਧਿਆਤਮਵਾਦੀ ਨਹੀਂ ਰਹੇ ਮਾਇਆਵਾਦੀ ਵੱਧ ਬਣ ਗਏ ਮਾਇਆਵਾਦੀ ਵੱਧ ਬਣ ਕੇ ਸਾਨੂੰ ਉਹ ਕੁਛ ਚਾਹੀਦਾ ਸਾਨੂੰ ਉਹ ਕੁਛ ਚਾਹੀਦਾ ਸਾਨੂੰ ਉਹ ਕੁਛ ਚਾਹੀਦਾ ਪੱਲਾ ਪੱਲਾ 2-2 ਬੱਚੇ ਹੈਗੇ ਆ ਇਸੇ ਵਾਸਤੇ ਸਮਾਜ ਵਿੱਚ ਕਈ ਵਿਗਾੜ ਪੈਦਾ ਹੋਏ ਪਏ ਵਿਗਾੜ ਪੈਦਾ ਹੋਏ ਕਿਤੇ ਕਿਤੇ ਮਾਵਾਂ ਧਿਆਨ ਨਹੀਂ ਦਿੰਦੀਆਂ ਕਿਤੇ ਕਿਤੇ ਮਾਵਾਂ ਦੀ ਪਹੁੰਚ ਤੋਂ ਵੀ ਇਹ ਗੱਲ ਪਰੇ ਹੋਈ ਪਹੁੰਚਦੇ ਪਰੇ ਹੋਈ ਫਿਰਦੀ ਸੀ ਇਹ ਬਾਣੀ ਪੜ੍ਹਾਉਣਾ ਪੜ੍ਹਨਾ ਉਹ ਕੋਈ ਔਖੀ ਗੱਲ ਨਹੀਂ ਗੀ ਇਹ ਜੇ ਕੋਈ ਆਖੇ ਨਾ ਵੀ 5 ਸਾਲ ਦੇ ਬੱਚੇ ਤੱਕ ਪਹਿਲੀ ਪੌੜੀ ਦਾ ਪਾਠ ਕਰਾਉਣਾ ਜਾਂ 5 ਪੌੜੀਆਂ ਸਿਖਾਉਣੀਆਂ ਜਾਂ ਅਧਿਆਤਮਵਾਦ ਨਾਲ ਜੋੜਨਾ ਜਾਂ ਗੁਰੂ ਸਾਹਿਬ ਨੂੰ ਮੱਥਾ ਟੇਕਣਾ ਜਾਂ ਮਹਾਂਪੁਰਖਾਂ ਦੇ ਦਰਬਾਰ ਵਿੱਚ ਲਿਆਉਣਾ ਆਪ ਮਹਾਂਪੁਰਖਾਂ ਨਾਲ ਜੁੜਨਾ ਤੇ ਆਪ ਜੁੜ ਕੇ
वचन जोड़ के जाना ये सब तो वड्डी सिक्ख्या यही सब तो वड्डी सेवा उन्होंने एक दसनी कि साडे गुरुओं ने आ कुछ किया साडे गुरुओं ने आ कुछ किया तेरे प्यो की आ गल इधर चल आ माड़िया गल आ चंगिया गल सारी की सारी विद्या पहली टीचर मां ही है बाणी ने आखी गल बाणी ने तो पुराने जमाने तो मां की गल होर रही है पर बाणी ने नहीं किया बाणी कहती हर आपे माता आपे पिता जन जियो पाए जंत दिखाया ਆਏ ਗੁਰਬਾਣੀ ਨੇ ਆਪਣੀ ਗੱਲ ਮਾਂ ਨੂੰ ਪਹਿਲ ਦਿੱਤੀ ਮਾਂ ਨੂੰ ਪਹਿਲ ਦਿੱਤੀ ਹੈ ਤੂੰ ਵੀ ਪਰ ਗੱਲ ਕੀਤੀ ਜਪਜੀ ਸਾਹਿਬ ਤੁਸੀਂ ਰੋਜ਼ ਪੜ੍ਹਦੇ ਏਕਾ ਮਾਈ ਜੁਗਤ ਵਿਆਹੀ ਤਿੰਨ ਚੇਲੇ ਪ੍ਰਵਾਨ ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਏ ਦੁਬਾਨ ਨਿਰੰਕਾਰ ਨੂੰ ਮਾਂ ਆਖਿਆ ਏਕਾ ਮਾਈ ਨਿਰੰਕਾਰ ਦੀ ਗੱਲ ਰੱਬ ਦੀ ਗੱਲ ਉਹਨੂੰ ਮਾਈ ਸ਼ਬਦ ਨਾਲ ਸੰਬੋਧਨ ਕੀਤਾ ਗੁਰੂ ਨਾਨਕ ਸਾਹਿਬ ਕੱਢੀ ਮਾਈ ਦਾ ਰੁਤਬਾ ਸੋ ਮਾਤਾ ਮਿੰਦਰ ਕੌਰ ਨੇ ਵੀ ਇਵੇਂ ਕੀਤਾ ਚਾਲੀ ਜੀ ਅੱਜ ਐ ਦਰਬਾਰ ਨਾਲ ਜੁੜੇ ਹੋਏ ਚਾਲੀ ਜੀ ਪਾਠ ਕਰਦੇ ਆ ਸੁਖਮਨੀ ਸਾਹਿਬ ਦਾ ਚਾਲੀ ਜੀ ਚਾਲੀ ਪਾਠ ਜਿੱਥੇ ਸੁਖਮਨੀ ਸਾਹਿਬ ਦੇ ਹੋ ਜਾਂਦੇ ਬਾਬਾ ਜੀ ਕਹਿੰਦੇ ਪੰਜਾਹ ਪਾਠਾਂ ਨਾਲ ਇੱਕ ਸਹਿਜ ਪਾਠ ਦਾ ਫਲ ਮਿਲ ਜਾਂਦਾ ਤੁਸੀਂ ਆਪ ਵੇਖ ਲਓ ਵੀ ਕਿੰਨੇ 24 ਸਹਿਜ ਪਾਠ ਹੋ ਜਾਂਦੇ 1200 ਪਾਠ ਮਹੀਨੇ ਦਾ ਹੋ ਜਾਂਦਾ ਪਰ ਜਿਹੜਾ ਕੋਈ ਇਸ ਰਾਹ ਦੇ ਚੱਲੇ ਇਸ ਰਾਹ ਦੇ ਮੌਤ ਆ ਜਾਣੀ ਹੈ ਮਰਦਾ ਮਰਦਾ ਹੁਣ ਇਸ ਮੁੰਡੇ ਨੇ ਸ਼ਬਦ ਪੜ੍ਹਿਆ ਸੀ ਮਰਦਾ ਮਰਦਾ ਜਗ ਮੂਹਾ ਮਰ ਕੇ ਨਾ ਜਾਣਿਆ ਕੋਈ ਮਰਨਾ ਹੀ ਨਹੀਂ ਆਉਂਦਾ ਸਾਰਿਆਂ ਤੋਂ ਵੱਡੀ ਗੱਲ ਤਾਂ ਮਰਦੀ ਹੈ ਸਾਨੂੰ ਮਰਨਾ ਹੀ ਨਹੀਂ ਆਉਂਦਾ ਅਸੀਂ ਆਪਦੇ ਜੀਵਨ ਨੂੰ ਸਵਾਰਦੇ ਹਾਂ ਉਹ ਜੀ ਸਵਾਰ ਲਈ ਘਰ ਸਵਾਰ ਲਿਆ ਰੰਗ ਰੋਗ ਨੂੰ ਕਰ ਲਿਆ ਅਸੀਂ ਮੌਤ ਸਵਾਰ ਲਈ ਅਸੀਂ ਮੌਤ ਸਵਾਰਦੇ ਸਵਾਰ ਨੇ ਮਨੁੱਖ ਨੇ ਮੌਤ ਦੀ ਨਾਮ ਨੇ ਨਾਲ ਜਾਣਾ ਹੋਰ ਕਿਸੇ ਚੀਜ਼ ਦੇ ਨਾਲ ਨਹੀਂ ਜਾਣਾ ਆਇਓ ਬੰਦਾ ਦੁਨੀ ਵਿੱਚ ਵਰਤ ਸੋਹਣੀ ਬੰਨ ਮਲਕੁਲ ਮੌਤ ਜਾਂ ਆਪਸੀ ਸਭ ਦਰਵਾਜੇ ਭੰਨ ਤਿੰਨਾਂ ਪਿਆਰਿਆਂ ਭਾਈਆਂ ਅੱਗੇ ਦਿੱਤਾ ਬੰਨ ਉਹ ਦੇਖੋ ਬੰਦਾ ਚੱਲਿਆ ਚੌਂ ਜਣਿਆਂ ਦੇ ਕੰਨ ਚਾਰਾਂ ਬੰਦਿਆਂ ਦੇ ਕੰਧੇ ਦਿੱਤੇ ਆਪਾਂ ਉੱਥੇ ਲੈ ਜਾਣੇ ਚੌਂ ਜਣਿਆਂ ਦੇ ਕੰਨ ਅਮਲ ਦੇ ਕੀਤੇ ਦੁਨੀ ਵਿੱਚ ਮਨੁੱਖ ਨੂੰ ਅਮਲ ਦੇ ਕੀਤੇ ਦੁਨੀ ਵਿੱਚ ਫਰਕਾ ਆਏਗਾ ਸੋ ਦਰਗਾਹ ਵਿੱਚ ਰੰਗ ਵਿੱਚ ਜੇ ਗੁਰੂ ਨਾਨਕ ਦੇ ਚਰਨਾਂ 'ਚ ਜਾਣਾ ਤਾਂ ਸਾਡੇ ਅਮਲ ਚੰਗੇ ਹੋਣੇ ਚਾਹੀਦੇ ਆ ਜਿਵੇਂ ਇਹਨਾਂ ਦੇ ਪਰਿਵਾਰ ਦੇ 40 ਜੀ ਇਸ ਵੇਲੇ ਸੁਖਮਨੀ ਸਾਹਿਬ ਦਾ ਪਾਠ ਕਰਦੇ ਹੋਣਗੇ ਦੇਖੋ ਇਹਨਾਂ ਨਾਲ ਆਪਾਂ ਕਿਵੇਂ ਰਲ ਜਾਵਾਂਗੇ ਹਾਂ ਰਲ ਸਕਦੇ ਜੇ ਆਪਾਂ ਨੂੰ ਧਰ ਲੈਣ ਜੇ ਆਪਾਂ 4 ਜੀ ਆ ਨਾ 4 ਹੀ ਕਰੋ ਬਸ ਜੇ 50 ਤਾਂ 50 ਹੀ ਕਰੋ ਜੇ 2 ਆ ਤਾਂ 2 ਜੇ ਜੀ ਕਰੋ ਸੋ ਮਾਤਾ ਨੂੰ ਚਾਹੀਦਾ ਇਸ ਤਰ੍ਹਾਂ ਜਿਵੇਂ ਮਾਤਾ ਮਹਿੰਦਰ ਕੌਰ ਜੀ ਨੇ ਆਪਦਾ ਸਾਰਾ ਪਰਿਵਾਰ ਗੁਰੂ ਸਾਹਿਬ ਨੇ ਜੋੜ ਦਿੱਤਾ ਮਾਤਾਵਾਂ ਨੂੰ ਚਾਹੀਦਾ ਇਵੇਂ ਜੋੜ ਦਿਓ ਅਤੇ ਭਾਵੇਂ ਤੁਸੀਂ ਪਾਠ ਕੀਤਾ ਹੋਵੇ ਜਾਂ ਨਾ ਕੀਤਾ ਹੋਵੇ ਤੁਸੀਂ ਦਰਗਾਹ ਨੂੰ ਜਾਓਗੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਨ੍ਹਾਂ ਦੀ ਰਚਨਾ ਤੋਂ ਆਪਾਂ ਵਿਚਾਰਾਂ ਸਰਵਨ ਕੀਤੀਆਂ ਹਨ ਔਰ ਸਰਦਾਰ ਦਲਜੀਤ ਸਿੰਘ ਜੀ ਗਿੱਲ ਅਮਰਕੋਟ 3-4 ਪ੍ਰਾਣੀਆਂ ਦੇ ਨਾਮ ਹਨ ਸਾਰੇ ਹੀ 2-4 ਮਿੰਟ 'ਚ ਆਪਾਂ ਹਾਜ਼ਰੀ ਲਵਾਉਣੀ ਹੈ ਕਿਉਂਕਿ 2 ਵਜੇ ਦੇ ਟਾਈਮ ਦੇ ਨਾਲ ਸਮਾਪਤੀ ਹੈ ਸੋ ਸਾਰੇ ਹੀ ਇਸੇ ਤਰ੍ਹਾਂ ਬੈਠ ਕੇ ਵਿਚਾਰਾਂ ਸਰਵਨ ਕਰੀਏ ਜੀ ਸਰਦਾਰ ਦਲਜੀਤ ਸਿੰਘ ਗਿੱਲ ਅਮਰਕੋਟ ਭਗਤ ਬੱਚਿਆਂ ਕਿਰਪਾ ਦੇ ਖਜ਼ਾਨੇ ਜੁਗੋ ਜੁਗ ਤੱਕ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਹਾਜ਼ਰੀ ਸਾਡੇ ਬਹੁਤ ਹੀ ਸਤਿਕਾਰਯੋਗ ਮਾਤਾ ਮਹਿੰਦਰ ਕੌਰ ਜੀ ਦੀ ਅੰਤਮ ਉਦਾਸ ਸ਼ਬਦ ਨੂੰ ਸਾਧ ਸੰਗਤ ਗੱਜ ਕੇ ਫਤਿਹ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹਾ ਸ੍ਰੀ ਲਿਖਿਆ ਤਿਹਾ ਹੁਕਮ ਕਮਾਏ ਇਕੱਲੇ ਆਪਣੇ ਨਾਨਕਾ ਸੱਦੇ ਉੱਠ ਗਿਆ ਜਿੰਨਾ ਵਕਤ ਅਨੁਸਾਰ ਆਪ ਭਲੀ ਭਾਂਤ ਜਾਣੋ ਜਿੰਨੀ ਸਵਾਸਾਂ ਦੀ ਪੂੰਜੀ ਸਤਿਗੁਰਾਂ ਨੇ ਮਾਤਾ ਜੀ ਨੂੰ ਬਖਸ਼ਿਸ਼ ਕੀਤੀ ਸੀ ਉਹ ਭੋਗ ਕੇ ਗੁਰੂ ਚਰਨਾਂ ਵਿੱਚ ਆਪ ਰਾਜੇ ਦਾਸ ਤੋਂ ਪਹਿਲਾਂ ਮਾਸਟਰ ਜੀ ਨੇ ਆਪ ਜੀ ਨੂੰ ਕੋਈ ਐਸਾ ਪਹਿਲੂ ਨਹੀਂ ਛੱਡਿਆ ਜਿਸ ਤੋਂ ਜਾਣੂ ਨਾ ਕਰਾਇਆ ਗਿਆ ਭਾਵੇਂ ਗੁਰਮਤਿ ਦੀ ਗੱਲ ਹੋਵੇ ਭਾਵੇਂ ਦੁਨੀਆਦਾਰੀ ਦੀ ਗੱਲ ਹੋਵੇ ਹਰ ਪੱਖ ਤੋਂ ਮਾਸਟਰ ਜੀ ਨੇ ਆਪਾਂ ਨੂੰ ਗੁਰਬਾਣੀ ਦੀਆਂ ਤੁਕਾਂ ਸੁਣਾ ਕੇ ਮਾਤਾ ਜੀ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਹਨ ਰਿਸ਼ਤੇ ਸੰਸਾਰ ਵਿੱਚ ਸਾਰੇ ਹੀ ਮਹੱਤਵਪੂਰਨ ਹਨ ਭਾਵੇਂ ਉਹ ਭੈਣ ਦਾ ਰਿਸ਼ਤਾ ਹੋਵੇ ਭਾਵੇਂ ਪਤਨੀ ਦਾ ਰਿਸ਼ਤਾ ਹੋਵੇ ਭਾਵੇਂ ਮਾਤਾ ਦਾ ਰਿਸ਼ਤਾ ਹੋਵੇ ਲੇਕਿਨ ਮਾਤਾ ਦਾ ਰਿਸ਼ਤਾ ਬਹੁਤ ਹੀ ਪਵਿੱਤਰ ਮੰਨਿਆ ਜਾਂਦਾ ਹੈ ਸੰਸਾਰ ਦੇ ਵਿੱਚ ਮਾਤਾ ਦੇ ਪਰਛਾਏ ਕਈ ਕਵੀਆਂ ਨੇ ਕਈ ਕਈ ਕਿਤਾਬਾਂ ਲਿਖਵਾਈਆਂ
ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਵੀ ਮਾਤਾ ਜੀ ਨੂੰ ਬਹੁਤ ਵਡੇਈ ਦਿੱਤੀ। ਇਸ ਘਰ ਦੇ ਵਿੱਚ ਜਿੱਥੇ ਆਪਾਂ ਬੈਠੇ ਹਾਂ ਇਹ ਮੁਕਤੀ ਦਾ ਦਰ, ਜਿੱਥੇ ਆਪਾਂ ਬਿਰਾਜਮਾਨ ਅੱਜ ਅੱਜ ਮਾਤਾ ਜੀ ਦਾ ਅੰਤਮ ਅਰਦਾਸ ਹੋਈ ਹੈ, ਇਹ ਮੁਕਤੀ ਦਾ ਦਰ। ਇਸ ਜਗ੍ਹਾ 'ਤੇ ਆ ਕੇ ਬੈਠ ਕੇ ਆਪਾਂ ਨਾਮ ਜਪਦੇ ਹਾਂ, ਕੀਰਤਨ ਸਰਵਣ ਕਰਦੇ ਹਾਂ, ਅਸ ਉਸ ਜਗ੍ਹਾ 'ਤੇ ਮਾਤਾ ਜੀ ਦੀ ਅੰਤਮ ਅਰਦਾਸ ਹੋਈ। ਕਵੀ ਲਿਖਦੇ ਆ, ਮਾਂ ਜਿਹਾ ਕਰਛਾਵਾਂ ਬੂਟਾ ਅੱਖੀ ਨਜ਼ਰ ਨਾ ਆਵੇ, ਜਿਸ ਨੂੰ ਲੈ ਕੇ ਸ਼ਾਹ ਪਧਾਰੀ ਰੱਬ ਨੇ ਸਵਰਗ ਬਣਾਏ। ਹੋਰ ਸਭ ਦੁਨੀਆਂ ਦੇ ਬੂਟੇ ਲੂ ਲੱਗਿਆ ਸੁੱਕ ਜਾਂਦੇ, ਐਪਲ ਫੁੱਲਾਂ ਦੇ ਮਰਜਾਇਆ ਇਹ ਬੂਟਾ ਸੁੱਕ ਜਾਂਦਾ। ਇਸ ਕਰਕੇ ਮਾਤਾ ਜੀ ਪਥਾਏ, ਜੇ ਮੈਂ ਕੁਛ ਕਹਾਂ ਤੇ ਮੇਰੇ ਕੋਲ ਉਨੇ ਸ਼ਬਦ ਨਹੀਂ ਹੈਗੇ। ਇਹ ਪਰਿਵਾਰ ਬਹੁਤ ਹੀ ਉੱਚਮ ਦਰਜਾ ਰੱਖਦਾ ਪਰਿਵਾਰ, ਸਤਿਕਾਰਯੋਗ ਸਾਡੇ ਬਜ਼ੁਰਗ ਲਾਭ ਸਿੰਘ ਜੀ ਦਾ ਪਰਿਵਾਰ, ਜਗਜੀਤ ਸਿੰਘ ਜੀ ਜੱਜੀ, ਸ਼ਮਸ਼ੇਰ ਸਿੰਘ ਜੀ ਵੀਰ, ਇਹ ਟਕਸਾਲ ਨਾਲ ਜੁੜੇ ਹੋਏ। ਇੱਕ ਤਾਂ ਹੁੰਦਾ ਨਾ ਗੁਰਮਤ ਨਾਲ ਜੁੜਨਾ, ਉਹ ਬਹੁਤ ਵੱਡੀ ਗੱਲ ਹੁੰਦੀ ਹੈ ਗੁਰਮਤ ਨਾਲ ਜੁੜਨਾ, ਔਰ ਉਸ ਤੋਂ ਵੀ ਵੱਡੀ ਗੱਲ ਮਹਾਂਪੁਰਖਾਂ ਨਾਲ ਜੁੜਨਾ। ਮਹਾਂਪੁਰਖਾਂ ਨਾਲ ਜੁੜਿਆ ਹੋਇਆ ਪਰਿਵਾਰ, ਔਰ ਆਪ ਜਾਣਦੇ ਹੋ, ਮੇਰੇ ਤੋਂ ਵੱਧ ਜਾਣਦੇ ਹੋ ਕਿ ਕਿੰਨੇ ਬਿਆਨਾਂ ਬਾਬਾ ਜੀ ਕੋਲ, ਕਿੰਨੇ ਸੇਵਾਦਾਰ ਮਿਸਤਰੀ ਸਿੰਘ, ਹੋਰ ਸੇਵਾ ਕਰਨ ਵਾਲੇ ਨਿਸ਼ਕਾਮਤਾ ਨਾਲ ਸੇਵਾ ਕਰਨ ਵਾਲੇ, ਇਹ ਬਹੁਤ ਵੱਡੀ ਗੱਲ ਹੈ, ਇੱਕ ਸਾਲ ਦੀ ਛੋਟੀ ਨਹੀਂ। ਔਰ ਸਵੇਰੇ ਵੀ ਦਾਸ ਗੱਲ ਕਰ ਰਿਹਾ ਸੀ ਸਰਕਾਰ ਚੰਦਰ ਸਿੰਘ ਜੀ ਹੋਣੀ, ਮੈਂ ਕਿਹਾ ਤੁਸੀਂ ਤਾਂ ਜਿਉਂਦੇ ਮੁਕਤ ਹੋ। ਇੱਕ ਤਾਂ ਹੁੰਦਾ ਨਾ ਵੀ ਮਰ ਕੇ ਮੁਕਤੀ ਲੈਣੀ, ਨਹੀਂ ਨਹੀਂ, ਜਿਹੜੇ ਅਸੀਂ ਸੇਵਾ ਕਰ ਰਹੇ ਜਿਉਂਦੇ ਮੁਕਤ, ਨਿਸ਼ਕਾਮਤਾ ਨਾਲ ਸੇਵਾ ਕਰਨ, ਹਰ ਗੱਲ ਜਿਹੜੀ ਉਹ ਬਾਬਾ ਜੀ ਨੇ ਛੱਡ ਦੇਣੀ, ਆਪ ਦੀ ਗੱਲ ਕਰਨੀ ਕੋਈ ਨਹੀਂ। ਇਹੋ ਗੱਲ ਅੱਜ ਜੱਜੀ ਜੀ ਤੇ ਜਗਜੀਤ ਸਿੰਘ ਟੋਕਰੀ ਤੇ ਬਾਬਾ ਜੀ ਦਾ ਹਰ ਬਚਨ ਝੋਲੀ ਦੇ ਵਿੱਚ ਪਵਾਇਆ ਉਹਨਾਂ ਨੇ। ਬਾਬਾ ਜੀ ਨੂੰ ਬਹੁਤ ਖੁਸ਼ੀਆਂ ਲਈਆਂ, ਅਨੇਕਾਂ ਹੀ ਖੁਸ਼ੀਆਂ ਲਈਆਂ, ਝੋਲੀਆਂ ਪਵਾ ਲਈਆਂ। ਇੱਕ ਬਚਨ ਮੰਨਣ ਨਾਲ ਅਸੀਂ ਵੀ ਭੜਕ ਜਾਂਦੇ ਹਾਂ, ਅਸੀਂ ਵੀ ਬਹੁਤ ਦੇਰ ਤੋਂ ਜੁੜੇ ਹੋਏ ਹਾਂ, ਪਰ ਨਹੀਂ, ਕਈ ਤਰ੍ਹਾਂ ਦੇ ਸਾਡੇ ਕੁੰਤਾਈਆਂ ਰਹਿ ਜਾਂਦੀਆਂ, ਅਸੀਂ ਬਚਨ ਨਹੀਂ ਮੰਨ ਸਕਦੇ ਮਹਾਂਪੁਰਖਾਂ ਦੇ, ਕਿਉਂਕਿ ਇੰਨੀ ਸਾਡੇ ਕੋਲ ਸਿੱਖਿਆ ਨਹੀਂ, ਇੰਨਾ ਸਾਡੇ ਕੋਲ ਗਿਆਨ ਨਹੀਂ। ਮਾਤਾ ਜੀ ਨੇ ਕੁੱਟ ਕੁੱਟ ਕੇ ਇਹਨਾਂ ਬੱਚਿਆਂ ਦੇ ਵਿੱਚ, ਪਰਿਵਾਰ ਦੇ ਵਿੱਚ ਇਹ ਭਰਿਆ ਸੀ ਕਿ ਮਹਾਂਪੁਰਖਾਂ ਦੀ ਸੰਗਤ ਕਰਨੀ, ਮਹਾਂਪੁਰਖਾਂ ਦੀ ਆਗਿਆ 'ਚ ਰਹਿਣਾ, ਗੁਰਮਤਿ ਦੀ ਆਗਿਆ 'ਚ ਰਹਿਣਾ, ਇਹ ਇੱਕ ਬਹੁਤ ਵੱਡੀ ਵਡਿਆਈ ਵਾਲੀ ਗੱਲ ਹੈ। ਮਾਤਾ ਜੀ ਜਿਸ ਤਰ੍ਹਾਂ ਆਪਾਂ ਆਹਾਂ ਵੀ ਭੋਗਾਂ 'ਤੇ ਇਹ ਗੁਰਬਾਣੀ ਦਾ ਸ਼ਬਦ ਸਰਵਣ ਕਰਦੇ ਹਾਂ, ਗੁਰਮੁਖ ਜਨਮ ਸਵਾਰ ਦਰਗੇ ਚੱਲਿਆ, ਸੱਚੀ ਦਰਗੇ ਜਾਏ ਸੱਚਾ ਫਿਰ ਮਿਲਿਆ, ਇੱਕ ਡਿਗਰੀ ਆ, ਇੱਕ ਡਿਗਰੀ ਹੋਰ ਸਤਿਗੁਰ ਜੀ ਬਖਸ਼ ਕਰਦੇ, ਸਬਲ 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 ਪਹੀ ਯਾਤਰਾ, ਇਹ ਦੋ ਡਿਗਰੀਆਂ। ਇਹ ਮਰਨ ਵਾਲੇ ਪ੍ਰਾਣੀ ਦੇ ਪਰਛਾਏ ਸੋਭ ਦੀ, ਜਿਹੜਾ ਗੁਰਮਤ ਨਾਲ ਜੁੜਿਆ ਹੋਵੇ, ਜਿਹੜਾ ਗੁਰਮਤ ਦੀ ਪੜ੍ਹਾਈ ਕਰਕੇ ਇਹ ਸੰਸਾਰ ਨੂੰ ਅਲਵਿਦਾ ਕਹਿ ਕੇ ਜਾਂਦਾ, ਉਹਦੇ ਪਰਥਾਏ ਇਹ ਫਿਰ ਸਤਿਗੁਰ ਜੀ ਕੋਲ ਫਿਰ ਡਿਗਰੀ ਦਿੰਦੇ ਮੇਰੇ ਤੋਂ ਵੱਧ ਜਾਣਦੇ। ਜਿਸ ਤਰ੍ਹਾਂ ਮਾਸਟਰ ਜੀ ਉਹਨਾਂ ਨੇ ਦੱਸਿਆ ਆਪਾਂ ਨੂੰ ਕਿੱਡੀ ਗੁਰਮਤ ਦੀ ਦਾਤ ਇਸ ਪਰਿਵਾਰ ਦੇ ਕੋਲ, ਔਰ ਮਾਤਾ ਜੀ ਆਪਣਾ ਜੀਵਨ ਸਫਲ ਕਰਕੇ ਗਏ, ਜੇ ਉਹਨਾਂ ਦੇ ਪਰਥਾਏ ਆਪਾਂ ਇਹ ਸ਼ਬਦ ਕਹਿ ਦਈਏ ਕਿ ਗੁਰਮੁਖ ਜਨਮ ਸਵਾਰ ਦਰਗੇ ਚੱਲਿਆ ਸੱਚੀ ਦਰਗੇ ਜਾਏ ਸੱਚਾ ਪਿੰਡ ਮਿਲਿਆ, ਇਹਦੇ 'ਚ ਕੋਈ ਅੱਤ ਕਥਨੀ ਨਹੀਂ। ਔਰ ਸਤਿਗੁਰਾਂ ਦੀ ਕਿਰਪਾ ਹੋਈ ਹੈ, ਮਾਤਾ ਜੀ ਆਪਣਾ ਜੀਵਨ ਸਫਲ ਕਰਕੇ ਗਏ ਨੇ, ਪਿੱਛੇ ਪਰਿਵਾਰ ਨੂੰ ਚੰਗੀ ਸਿਹਤ ਦੇ ਕੇ ਗਏ ਨੇ, ਜਿਹੜੀ ਗੁਰਬਾਣੀ ਉਹ ਸਾਨੂੰ ਦੇ ਕੇ ਗਏ ਨੇ ਉਹ ਮਹਿਕਦੀ ਹੈ। ਜੇਕਰ ਅੱਜ ਮਾਤਾ ਜੀ ਦਾ ਜੀਵਨ ਦੇਖਣਾ ਹੋਵੇ ਤਾਂ ਉਹਨਾਂ ਦੇ ਬੱਚਿਆਂ 'ਚੋਂ ਦੇਖ ਸਕੀਏ, ਉਹਨਾਂ ਦੇ ਬੱਚਿਆਂ 'ਚੋਂ ਉਹ ਸੀਸੇ ਵਾਂਗੂ ਚਮਕਦਾ ਦਿਸੂਗਾ ਉਹਨਾਂ ਦਾ ਜੀਵਨ। ਇਸ ਕਰਕੇ ਮੈਂ ਜ਼ਿਆਦਾ ਕੁਝ ਨਾ ਕਹਿੰਦਾ ਹੋਇਆ ਅੰਤ ਵਿੱਚ ਮਾਤਾ ਜੀ ਨੂੰ ਆਪਦੀਆਂ ਬੇਨਤੀਆਂ ਗਹਿਰਾਈਆਂ ਤੋਂ ਸ਼ਰਧਾ ਦੇ ਫੁੱਲ ਭੇਟ ਕਰਦਾ ਹਾਂ, ਔਰ ਸਤਿਗੁਰਾਂ ਦੇ ਚਰਨਾਂ 'ਚ ਅਰਦਾਸ ਬੇਨਤੀ ਕਰਦਾ ਹਾਂ, ਸਤਿਗੁਰ ਜੀ ਸਾਨੂੰ ਵੀ ਐਸਾ ਜੀਵਨ
ਬਖਸ਼ਿਸ਼ ਕਰੋ ਕਿ ਆਪਣਾ ਜੀਵਨ ਅਸੀਂ ਸਫਲ ਕਰਕੇ ਸੰਸਾਰ ਤੋਂ ਜਾਈਏ। ਇਹਨਾਂ ਹੀ ਬੇਨਤੀਆਂ ਨਾਲ ਫਤਿਹ ਬਣਾਉਂਦਾ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। 15 ਮਿੰਟ ਦੇ ਵਿੱਚ ਹਾਜ਼ਰੀ ਲਵਾਉਣਗੇ। ਇਹਨਾਂ ਤੋਂ ਬਾਅਦ ਜੋ ਹਰਿੰਦਰ ਸਿੰਘ ਰਣੀਆ ਉਹ ਵੀ ਪਹੁੰਚੇ ਹਨ, ਹਰਮੇਲ ਸਿੰਘ ਬਠਿੰਡਾ ਉਹ ਵੀ ਬੈਠੇ ਹਨ। ਆਓ ਸਭ ਤੋਂ ਪਹਿਲਾਂ ਇਹਨਾਂ ਤੋਂ ਪਹਿਲਾਂ ਜਗਜੀਵਨ ਰਾਏ ਗੋਇਲ ਜੀ। ਦਸਾਂ ਪਾਤਸ਼ਾਹਾਂ ਦੀ ਪਾਵਨ ਜੋਤ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਪਵਿੱਤਰ ਹਜ਼ੂਰੀ 'ਚ ਵਿਰਾਜਮਾਨ ਗੁਰੂ ਪਿਆਰੀ ਸਾਧ ਸੰਗਤ ਲਵਾਓ ਹਾਜ਼ਰੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਆਪਾਂ ਸਾਰੇ ਉਸ ਮਾਤਾ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਵਾਸਤੇ ਇਕੱਤਰ ਹੋਏ ਹੈ ਜੋ ਸਮਾਜ ਵਾਸਤੇ ਇੱਕ ਮਿਸਾਲ ਹੈ। ਗਿਆਨੀ ਜੀ ਉਹਨਾਂ ਨੇ ਪਰਿਵਾਰ ਬਾਰੇ ਬਹੁਤ ਵਿਸਥਾਰ ਸਹਿਤ ਦੱਸਿਆ। ਬਾਬਾ ਜੀ ਦੀ ਬੜੀ ਕਿਰਪਾ, ਬਹੁਤ ਸਾਲਾਂ ਤੋਂ ਬਾਬਾ ਜੀ ਦੀ ਸੰਗਤ ਕਰਨ ਦਾ ਸਮਾਂ ਜੁੜਦਾ ਹੈ ਅਤੇ ਇਹੋ ਜਿਹੀਆਂ ਗੱਲਾਂ ਨਿਕਲ ਕੇ ਸਾਹਮਣੇ ਆਉਂਦੀਆਂ ਕਿ ਇਹੋ ਜਿਹੇ ਵਿਅਕਤੀ ਜਿਨ੍ਹਾਂ ਨੇ ਆਪਣਾ ਜੀਵਨ ਇਹੋ ਜਿਹਾ ਬਣਾ ਲਿਆ ਜੋ ਬਾਣੀ 'ਚ ਲਿਖਿਆ ਜਿਹੋ ਜਿਹਾ ਬਣਨਾ ਚਾਹੀਦਾ ਹੈ। ਜਿਸ ਤਰ੍ਹਾਂ ਅੱਜ ਅਸੀਂ ਵਿਚਾਰਾਂ ਕਰ ਰਹੇ ਹਾਂ, ਸਾਡੇ ਬਹੁਤ ਹੀ ਸਤਿਕਾਰਯੋਗ ਸਵਰਗਵਾਸੀ ਮਾਸਟਰ ਲਾਭ ਸਿੰਘ ਜੀ, ਉਹਨਾਂ ਨੇ ਸਾਰੇ ਪਰਿਵਾਰ ਨੂੰ ਗੁਰੂ ਨਾਲ ਜੋੜਿਆ, ਮਹਾਂਪੁਰਸ਼ਾਂ ਨਾਲ ਜੋੜਿਆ, ਮਾਤਾ ਮਹਿੰਦਰਪੁਰ ਦੇ ਨਾਲ ਰਲ ਕੇ ਆਪਣੇ ਬੱਚਿਆਂ ਨੂੰ ਇਹੋ ਜਿਹੀ ਸ਼ਿਕਸ਼ਾ ਦਿੱਤੀ, ਇਹੋ ਜਿਹੀ ਸ਼ਿਕਸ਼ਾ ਦਿੱਤੀ ਕਿ ਅੱਜ ਸਾਰੇ ਅਸੀਂ ਦੂਜਿਆਂ ਨੂੰ ਮਿਸਾਲ ਦੇ ਸਕਦੇ ਹਾਂ ਕਿ ਅਸੀਂ ਵੀ ਆਪਣਾ ਜੀਵਨ ਇਹੋ ਜਿਹਾ ਬਣਾਇਆ। ਉਹਨਾਂ ਦੇ ਦੋਵੇਂ ਸਪੁੱਤਰ ਭਾਈ ਮਨਜੀਤ ਸਿੰਘ ਜੀ, ਭਾਈ ਜਗਜੀਤ ਸਿੰਘ ਜੀ ਜੱਜੀ, ਜਿਹੜੇ ਦਿੱਲੀ ਦੇ ਵਿੱਚ ਸੇਵਾ ਸੰਭਾਲਦੇ ਹੈ, ਕਿਹੋ ਜਿਹੀ ਸੇਵਾ ਸੰਭਾਲਦੇ ਹੈ, ਉਹ ਦੱਸ ਰਹੇ ਕਿ ਮਹਾਂਪੁਰਸ਼ਾਂ ਦੀ ਰਾਹ ਕਿਹੋ ਜਿਹੀ ਰਾਹ। ਪਿਛਲੀ ਵਾਰ ਦੀ ਗੱਲ ਹੈ, ਇੱਕ ਮਾਤਾ ਦੁਕਾਨ 'ਤੇ ਆ ਗਈ। ਮੈਂ ਉਹਨਾਂ ਨੂੰ ਪੁੱਛਣ ਲੱਗਿਆ ਜੀ ਤੁਸੀਂ ਕਿੱਥੋਂ ਆਏ ਹੋ, ਨਗਰ ਕੀਰਤਨ ਵਾਲਾ ਦਿਨ ਸੀ। ਉਹ ਕਹਿਣ ਲੱਗੀ ਜੀ ਅਸੀਂ ਦਿੱਲੀ ਤੋਂ ਆਏ ਹਾਂ। ਮੈਂ ਕਿਹਾ ਜੀ ਕਿੰਨੇ ਕੁ ਜਾਣੇ ਆਏ ਹੈ? ਉਹ ਕਹਿੰਦੇ ਜੀ ਅਸੀਂ 52 ਬੱਸਾਂ ਲੈ ਕੇ ਆਏ ਹਾਂ ਦਿੱਲੀ ਤੋਂ ਮਹਾਂਪੁਰਸ਼ਾਂ ਦੇ ਦਰਸ਼ਨ ਕਰਨ ਵਾਸਤੇ। ਸੋ ਇਹੋ ਜਿਹਾ ਪਰਿਵਾਰ ਜਿਹੜਾ ਆਪ ਜੁੜਿਆ ਹੈ ਅਤੇ ਹੋਰਾਂ ਨੂੰ ਜੋੜਦਾ ਹੈ, ਉਹਦੇ ਬਾਰੇ ਆਪਾਂ ਕੀ ਕਹਿ ਸਕਦੇ ਹਾਂ? ਉਹਦੀ ਕੋਈ ਮਹਿਮਾ ਕਰਨੀ, ਉਹਦੇ ਕੋਈ ਗੁਣ ਗਾਉਣੇ ਬਹੁਤ ਔਖੇ ਹੈ। ਜਿਹੜਾ ਮਹਾਂਪੁਰਸ਼ਾਂ ਨਾਲ ਜੁੜ ਗਿਆ ਉਹ ਉਹਨਾਂ ਦਾ ਰੂਪ ਹੋ ਜਾਂਦਾ ਹੈ, ਅਤੇ ਜਦੋਂ ਉਹਨਾਂ ਨਾਲ ਜੁੜ ਜਾਂਦਾ ਫਿਰ ਕੀ ਹੁੰਦਾ ਹੈ? ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ। ਸੋ ਇਹ ਪਰਿਵਾਰ ਮਹਾਂਪੁਰਸ਼ਾਂ ਨਾਲ ਜੁੜਿਆ ਹੈ ਅਤੇ ਇਹਨਾਂ 'ਤੇ ਕਿਰਪਾ ਹੋਈ ਹੈ। ਮਹਾਂਪੁਰਸ਼ਾਂ ਨੇ ਕੁਛ ਬਾਕੀ ਨਹੀਂ ਛੱਡਿਆ, ਸਭ ਕੁਛ ਇਹਨਾਂ ਨੂੰ ਦੇ ਦਿੱਤਾ। ਆਓ ਆਪਾਂ ਸਾਰੇ ਮਿਲ ਕੇ ਕਰੀਏ ਅਰਦਾਸ ਕਿ ਮਾਤਾ ਮਹਿੰਦਰ ਕੌਰ ਨੂੰ ਸਤਿਗੁਰੂ ਆਪਣੇ ਚਰਨਾਂ 'ਚ ਨਿਵਾਸ ਬਖਸ਼ੇ, ਸੱਚਖੰਡ ਬਖਸ਼ੇ, ਜਿਹਦੀ ਸਮਾਜ ਨੂੰ ਐਡੀ ਵੱਡੀ ਦੇਣ ਹੈ। ਉਸ ਮਾਤਾ ਦੇ ਪ੍ਰਤੀ ਆਪਾਂ ਸ਼ਰਧਾ ਦੇ ਫੁੱਲ ਭੇਟ ਕਰਦੇ ਹੋਏ ਆਓ ਲਵਾਈਏ ਹਾਜ਼ਰੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਓ ਸਰਦਾਰ ਹਰਮੇਲ ਸਿੰਘ ਬਠਿੰਡਾ 2-4 ਮਿੰਟ ਦੇ ਲਈ ਹਾਜ਼ਰੀ, ਉਹਨਾਂ ਦੀ ਰਚਨਾ ਤੋਂ ਵੀ ਵਿਚਾਰਾਂ ਸਰਵਣ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਜੀ। ਧੰਨ ਧੰਨ ਸਤਿ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ। ਦਸਾਂ ਗੁਰੂਆਂ ਦੀ ਆਤਮ ਸਰੂਪ ਜਾਗਦੀ ਜੋਤਾਣੀ ਕੇ ਬਹੁਤ ਕਲਯੁਗ ਦੇ ਜਹਾਜ਼ ਹੱਥ ਪੱਥ ਕੇ ਰੱਖਿਆ ਕਿ ਲੋਕ ਪਰਲੋਕ ਕੇ ਸਹਾਇ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪਵਿੱਤਰ ਚਰਨਾਂ ਵਿੱਚ ਉਸ ਪਵਿੱਤਰ ਆਤਮਾ ਮਾਤਾ ਮਹਿੰਦਰ ਕੌਰ ਜੀ ਨੂੰ ਚਰਚਾ ਦੇ ਫਿਰ ਭੇਟ ਕਰਨ ਆਈ ਸਮੁੱਚੀ ਸਾਧ ਸੰਗਤ ਜੀ, ਕਰੋ ਰਸਨਾ ਪਵਿੱਤਰ ਲਵਾਓ ਹਾਜ਼ਰੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਕੀ ਸਾਚੀ ਨਿਵਾਜੀ ਸਾਧ ਸੰਗਤ ਜੀ, ਕੁਛ ਸੰਗਤ ਬਹੁਤ ਹੀ ਭਰੇ ਮਨ ਦੇ ਨਾਲ ਸਾਡੇ ਸਤਿਕਾਰਯੋਗ ਵੀਰ ਭਾਈ ਜਗਜੀਤ ਸਿੰਘ ਜੀ ਜੱਜੀ, ਭਾਈ ਮਨਜੀਤ ਸਿੰਘ ਜੀ ਨਾਲ ਉਸ ਵਿਛੜੀ ਹੋਈ ਪਵਿੱਤਰ ਰੂਹ ਦਾ ਦੁੱਖ ਪ੍ਰਗਟ ਕਰ ਰਹੇ। ਦੇਖੋ ਜਿਸ ਨੇ ਜਨਮ ਲਿਆ ਹੈ, ਜਾਣਾ ਸਮਝੇ ਹੈ, ਜਿਵੇਂ ਹੁਣੇ ਹੁਣੇ ਮਾਸਟਰ ਜੀ
ਸਰਦਾਰ ਦਲਜੀਤ ਸਿੰਘ ਜੀ ਇਹ ਸਾਰੇ ਦੱਸਦੇ ਗਏ ਹਨ ਕਿ ਮਰਨਾ ਸਭ ਨੇ ਪਰ ਮਰਨਾ ਸਫਲ ਕਿਸਦਾ ਇਹ ਸਤਸੰਗ ਜੀ ਇਹ ਦੇਖਿਆ ਜਾਂਦਾ ਬਾਅਦ ਵਿੱਚ ਪਤਾ ਲੱਗਦਾ ਜਿਵੇਂ ਗੁਰਬਾਣੀ ਦਾ ਸ਼ਬਦ ਹੈ ਪਈ ਅੜੇ ਸੌ ਸੇਵ ਤੋਂ ਸਹੁਰੇ ਸੁਖ ਵਸ ਗੁਰਮਿਲ ਚੱਜ ਅਚਾਰ ਸਿੱਖ ਤੁਰ ਕਦੇ ਨਾ ਲੱਗੇ ਦੁੱਖ ਇਹ ਕੀ ਹੈ ਕਿ ਸਾਡੇ ਪੇਕੇ ਹਨ ਗੁਰਬਾਣੀ ਦਾ ਫਰਮਾਨ ਹੈ ਕਿ ਅਸੀਂ ਇੱਥੇ ਆਪਣੇ ਪੇਕਿਆਂ ਦੇ ਘਰ ਰਹਿ ਰਹੇ ਹਾਂ ਤੇ ਜੋ ਅਸੀਂ ਇੱਥੋਂ ਸਿੱਖ ਕੇ ਜਾਵਾਂਗੇ ਆਪਣੇ ਸਹੁਰੇ ਘਰ ਜਾਵਾਂਗੇ ਤਾਂ ਸਾਨੂੰ ਸਤਿਕਾਰ ਮਿਲੂਗਾ ਪਈ ਅੜੇ ਸੌ ਸੇਵ ਤੂੰ ਸਹੁਰੇ ਸੁੱਖ ਬਸ ਅੱਗੇ ਕੀ ਹੈ ਗੁਰਮਿਲ ਚੱਜ ਅਚਾਰ ਸਿੱਖ ਤੋਂ ਕਦੇ ਨਾ ਲੱਗੇ ਦੁੱਖ ਪੇਕਿਆਂ ਦੇ ਘਰ ਰਹਿ ਕੇ ਜੇ ਅਸੀਂ ਕੁਛ ਸਿੱਖਾਂਗੇ ਸਿੱਖ ਦੇ ਸਹੁਰੇ ਘਰ ਜਾਵਾਂਗੇ ਤਾਂ ਉੱਥੇ ਸਾਨੂੰ ਸੁੱਖ ਮਿਲੂਗਾ ਉਹ ਸਿੱਖਣਾ ਕਿਵੇਂ ਗੁਰਮਿਲ ਗੁਰੂ ਦੇ ਨਾਲ ਕਿਵੇਂ ਮਿਲਿਆ ਜਾਂਦਾ ਜਿਵੇਂ ਮਾਤਾ ਜੀ ਪਹਿਲਾਂ ਆਪ ਪੂਰਨਮਾ ਮੁਰਖਾਂ ਦੇ ਚਰਨਾਂ ਵਿੱਚ ਹਾਜ਼ਰ ਹੋਏ ਤੇ ਫਿਰ ਸਾਰੇ ਪਰਿਵਾਰ ਨੂੰ ਪੂਰਨਮਾ ਮੁਰਖਾਂ ਦੇ ਚਰਨਾਂ ਵਿੱਚ ਹਾਜ਼ਰ ਕਰਕੇ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਨਾਲ ਜੋੜਿਆ ਇਹ ਦਰਬਾਰ ਹੈ ਸਿੱਖਣ ਦਾ ਪਈ ਅੜੇ ਸੌ ਸੇਵ ਤੂੰ ਸਹੁਰੇ ਸੁੱਖ ਵਸ ਗੁਰਮਿਲ ਚੱਜ ਅਚਾਰ ਸਿੱਖ ਤੋਂ ਕਦੇ ਨਾ ਲੱਗੇ ਦੁੱਖ ਅੱਗੇ ਸਾ ਸਾਰਿਆਂ ਨੇ ਇਸ ਬੇਟੇ ਸੰਸਾਰ ਨੂੰ ਉਸ ਦਰਗਾਹ ਰੂਪੀ ਸਹੁਰਿਆਂ ਦੇ ਵਿੱਚ ਜਾਣਾ ਸਭਨਾ ਸਹੁਰੇ ਵਜਣਾ ਸਭ ਮਕਲਾਵਨ ਹਾਰ ਨਾਨਕ ਧੰਨ ਸੁਹਾਗਣੀ ਜਿਨ ਸਹਿ ਨਾਲ ਪਿਆ ਸੁਹਾਗਣ ਕੌਣ ਹੈ ਸੁਹਾਗਣ ਉਹੀ ਪਤੀ ਪਤੀ ਵਕਤਾ ਪਤਨੀ ਹੈ ਉਹੀ ਔਰਤ ਹੈ ਜਿਹੜੀ ਉਸ ਅਕਾਲ ਪੁਰਖ ਪਰਮਾਤਮਾ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਲੜ ਲੱਗ ਕੇ ਜਿਵੇਂ ਮਾਤਾ ਦੀ ਲੜ ਲੱਗੇ ਨੇ ਤੇ ਆਪਣੇ ਪਰਿਵਾਰ ਨੂੰ ਲੜ ਲਾਇਆ ਸਰਦਾਰ ਜਗਜੀਤ ਸਿੰਘ ਜੀ ਜੱਜੀ ਜੋ ਕਿ ਅੱਜ ਦਿੱਲੀ ਠਾਕ ਦੇ ਮੁੱਖ ਸੇਵਾਦਾਰ ਨੇ ਹੁਣੇ ਹੁਣੇ ਸੇਠ ਜੀ ਦੱਸ ਕੇ ਗਏ ਨੇ ਕਿ 52 ਬੱਸਾਂ ਦਿੱਲੀ ਤੋਂ ਲੈ ਕੇ ਆਉਂਦੇ ਹਾਂ ਸਤਸੰਗ ਜੀ ਅਸੀਂ ਵੀ ਵਿਚਰਦੇ ਹਾਂ ਬੱਸ ਦੀ ਕਾਰ ਵਿੱਚ ਵੀ ਬੈਠਣ ਵਾਸਤੇ ਕਿਸੇ ਦੇ ਕਹਿਣ ਤੇ ਚਾਰ ਜਣੇ ਵੀ ਤਿਆਰ ਹੁੰਦੇ 52 ਬੱਸਾਂ ਸੰਗਤਰੀਆਂ ਭਰ ਕੇ ਦਿੱਲੀ ਤੋਂ ਲੈ ਕੇ ਆਉਣਾ 350-400 ਕਿਲੋਮੀਟਰ ਤਾਂ ਉਹ ਅਕਾਲ ਪੁਰਖ ਦੀ ਕਿਰਪਾ ਉਹਨਾਂ ਦਾ ਹੁਕਮ ਗੁਰੂ ਦਾ ਹੁਕਮ ਮੰਨਿਆ ਜਾਂਦਾ ਇਹਨਾਂ ਵਿੱਚ ਬਾਬਾ ਜੀ ਦੀ ਕਿਰਪਾ ਹੈ ਕਿੱਥੇ ਲੈ ਕੇ ਚੱਲੇ ਨੇ ਉਸ ਦਰਬਾਰ ਦੇ ਨਾਲ ਆਨੰਦੀਸ਼ਵਰ ਦਰਬਾਰ ਦੇ ਨਾਲ ਧੰਨ ਧੰਨ ਪੂਰਨਮਾ ਮੁਰਖਾਂ ਦੇ ਚਰਨਾਂ ਦੇ ਨਾਲ ਸਾਨੂੰ ਜੋੜਨ ਵਾਸਤੇ ਲੈ ਕੇ ਜਾ ਰਹੇ ਨੇ ਸੋ ਇਹ ਸਾਰੀ ਕਮਾਈ ਹੈ ਮਾਤਾ ਜੀ ਦੀ ਅਸੀਂ ਇੱਥੇ ਜਿੰਨੀਆਂ ਮਰਜ਼ੀ ਮਾਂ ਸ਼ਬਦ ਹੀ ਇਹੋ ਜਿਹਾ ਜਿਸ ਸ਼ਬਦ ਦੇ ਵਿੱਚ ਕੋਈ ਮਿਲਾਵਟ ਹੀ ਨਹੀਂ ਹੈ ਇਕੱਲੇ ਇੱਕ ਮੰਮੇ ਤੋਂ ਬਣਿਆ ਹੋਇਆ ਮਾਂ ਸ਼ਬਦ ਇੰਨਾ ਪਵਿੱਤਰ ਸ਼ਬਦ ਹੈ ਜਿਹਨੇ ਅਸੀਂ ਅਸਲੀ ਗੁਰਬਾਣੀ ਰਾਣੀ ਜਾਂ ਹੋਰ ਦੁਨਿਆਵੀ ਸ਼ਬਦਾਂ ਰਾਹੀਂ ਤਰੀਫ ਕਰਦੇ ਜਾਈਏ ਤਾਂ ਕੋਈ ਸਮਾਂ ਨਿਸ਼ਚਿਤ ਨਹੀਂ ਹੈ ਕਿ ਇਹ ਖਤਮ ਹੋ ਗਿਆ ਸੋ ਸਤਸੰਗ ਜੀ ਸਿਰਫ ਮੈਂ ਇਹੀ ਬੇਨਤੀ ਕਰਨਾ ਚਾਹੂੰਗਾ ਕਿ ਜਿਸ ਤਰ੍ਹਾਂ ਮਾਤਾ ਸਤਿਕਾਰਯੋਗ ਮਾਤਾ ਅਮਰਿੰਦਰ ਕੌਰ ਜੀ ਨੇ ਆਪ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਸਮਰਪਿਤ ਹੋ ਕੇ ਆਪਣੇ ਪੂਰੇ ਪਰਿਵਾਰ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਨਾਲ ਜੋੜਿਆ ਜਿਸ ਤਰ੍ਹਾਂ ਸਾਡੇ ਵੀਰ ਜਗਜੀਤ ਸਿੰਘ ਜੀ ਜੱਜੀ ਭਾਈ ਮਨਜੀਤ ਸਿੰਘ ਜੀ ਨੇ ਗੁਰੂ ਸਾਹਿਬ ਨੂੰ ਸਮਰਪਿਤ ਹੋ ਕੇ ਆਪਣਾ ਜੀਵਨ ਧਾਰ ਕੇ ਅੱਜ ਇਸ ਸੇਵਾ ਵਿੱਚ ਲੱਗ ਕੇ ਹੋਰ ਬਹੁਤ ਸਾਰੀਆਂ ਲੱਖਾਂ ਸੰਗਤਾਂ ਨੂੰ ਅਮਰ ਸਿਖਾ ਕੇ ਗੁਰੂ ਵਾਲੇ ਬਣਾਇਆ ਇਸੇ ਤਰ੍ਹਾਂ ਅਸੀਂ ਉਹ ਮਾਤਾ ਦੇ ਜੀਵਨ ਤੋਂ ਪ੍ਰੇਰਣਾ ਲੈ ਕੇ ਅਰਦਾਸ ਬੇਨਤੀ ਕਰੀਏ ਕਿ ਅਕਾਲ ਪੁਰਖ ਸੱਚੇ ਪਾਤਸ਼ਾਹ ਅਸੀਂ ਉਹਨਾਂ ਨੂੰ ਸੱਚੀ ਸ਼ਰਧਾਂਜਲੀ ਤਾਂ ਇਹੀ ਹੋਵੇਗੀ ਕਿ ਜਿਸ ਤਰ੍ਹਾਂ ਉਹ ਸੇਵਾ ਵਿੱਚ ਲੱਗੇ ਸਨ ਸਾਨੂੰ ਵੀ ਉਸੇ ਤਰ੍ਹਾਂ ਸੇਵਾ ਵਿੱਚ ਲਾ ਕੇ ਸਾਡਾ ਜੀਵਨ ਸਮਰਪਿਤ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰਾਂ ਦੀ ਪਾਵਨ ਹਾਜ਼ਰੀ ਜੁੜ ਬੈਠੀ ਗੁਰੂ ਖਾਲਸਾ ਸਾਹਿਬ ਸਰਗਤ ਜੀ ਮੈਂ ਆਪ ਸਭ ਨੂੰ ਬੜੇ ਆਦਰ ਤੇ ਸਤਿਕਾਰ ਨਾਲ ਫਤਿਹ ਮਨਾਉਣਾ ਪ੍ਰਵਾਨ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਸਾਰੇ ਗੁਰੂ ਸਾਹਿਬ ਦੇ ਚਰਨਾਂ 'ਚ ਇਕੱਤਰ ਹੋਏ ਹਾਂ ਤੇ ਸਾਰਿਆਂ ਨੇ ਮਿਲ ਕੇ ਅਰਦਾਸ ਕੀਤੀ ਹੈ ਸੱਚੇ ਪਾਤਸ਼ਾਹ ਵਾਹਿਗੁਰੂ ਸਾਡੇ ਕੋਲੋਂ ਵਿਛੜੀ ਆਤਮਾ ਨੂੰ ਆਪਣੇ ਪਾਵਨ ਚਰਨਾਂ 'ਚ ਨਿਵਾਸ ਸਥਾਨ ਬਖਸ਼ੀ ਪਿੱਛੇ ਸਾਨੂੰ ਸਾਰਿਆਂ ਨੂੰ ਇਹ ਭਾਣਾ ਮਰਨ ਦਾ ਬਖਸ਼ ਇਨਸਾਨ ਦੁਨੀਆਂ 'ਤੇ ਆਉਂਦਾ ਹੈ ਅਤੇ ਆਪਣੀ ਜੀਵਨ ਯਾਤਰਾ ਪੂਰੀ ਕਰਦਾ ਹੋਇਆ ਇਹ ਸੰਸਾਰ ਆਪਾਂ ਸਾਰੇ ਉਹਦੇ ਸਾਥੀ ਉਹਦੇ ਰਿਸ਼ਤੇਦਾਰ ਉਹਦੇ ਲਿਹਾਜ਼ ਵਾਲੇ ਸਾਰਾ ਪਰਿਵਾਰ ਹੀ ਆਪਾਂ ਉਹਦੀ
ਸੱਤਰ ਤੇ ਬੈਠਦੇ ਹੈ ਤੇ ਉੱਥੇ ਅਕਸਰ ਹੀ ਗੱਲ ਹੁੰਦੀ ਹੈ ਕਿ ਜਾਣ ਵਾਲਾ ਪ੍ਰਾਣੀ ਬੜਾ ਚੰਗਾ ਸੀ, ਬੜਾ ਵਧੀਆ ਸੀ, ਉਹਦੀ ਆਪਾਂ ਜਿਹੜੀਆਂ ਖਾਸ ਖੂਬੀਆਂ ਹੁੰਦੀਆਂ ਉਹਨਾਂ ਦੀ ਗੱਲ ਕਰਦੇ ਹਾਂ, ਜਿਹੜੇ ਚੰਗੇ ਗੁਣ ਹੁੰਦੇ ਹੈ ਉਹ ਵਰਣਨ ਕਰਦੇ ਹਾਂ, ਜਿਹੜੇ ਲੋਕ ਸੰਸਾਰ 'ਤੇ ਆਪਣਾ ਜਗ ਵਧੀਆ ਜੀਵਨ ਬਤੀਤ ਕਰਕੇ ਜਾਂਦੇ ਹੈ ਉਹਨਾਂ ਮਨੁੱਖਾਂ 'ਚ ਜਿਹਨੂੰ ਮਰ ਤੋਂ ਬਾਅਦ ਯਾਦ ਕੀਤਾ ਜਾਂਦਾ, ਜਿਹੜਾ ਵਧੀਆ ਆਪਣਾ ਜੀਵਨ ਬਤੀਤ ਕਰਕੇ ਜਾਂਦੇ ਹੈ। ਅਤੇ ਮੈਂ ਸਮਝਦਾ ਕੋਈ ਭਾਵੇਂ ਕੁਛ ਵੀ ਕਰ ਸਕਦਾ ਹੋਵੇ ਇਨਸਾਨ, ਅੱਜ ਤੋਂ ਵਧੀਆ ਜੀਵਨ ਕੀ ਹੋ ਸਕਦਾ ਉਹ ਜਿਹਨਾਂ ਨੂੰ ਮੌਕਾ ਮਿਲਿਆ ਬਾਬਾ ਦੇ ਚਰਨਾਂ ਚਰਨ ਪਰਸਣ ਦਾ, ਗੁਰਲੀ ਗੋਦ ਵਿੱਚ ਬੈਠਣ ਦਾ, ਗੁਰਬਾਣੀ ਸੁਣਨ ਦਾ, ਗੁਰਬਾਣੀ ਪੜ੍ਹਨ ਦਾ, ਸਾਰਾ ਪਰਿਵਾਰ ਹੀ ਗੁਰੂ ਨਾਲ ਜੁੜਿਆ ਹੋਇਆ, ਇਸ ਤੋਂ ਵੱਡੇ ਕਾਰਨ ਕੋਈ ਹੋਣਗੇ? ਮੈਂ ਤਾਂ ਇਹੀ ਸਮਝੂਗਾ ਭਾਵੇਂ ਜਪਜੀ ਸਾਹਿਬ ਦੇ ਵਿੱਚ ਪੰਜ ਖੰਡ ਆਪਾਂ ਪੜ੍ਹਦੇ ਸਾਰੇ, ਪਰ ਮੈਂ ਸਮਝਦਾ ਕਿ ਜੋ ਇਹ ਪਰਿਵਾਰ ਗੁਰੂ ਘਰ ਨਾਲ ਜੁੜਿਆ ਹੋਇਆ ਇਸ ਤੋਂ ਵੱਡੀ ਗੱਲ ਕੋਈ ਹੋ ਨਹੀਂ ਸਕਦੀ। ਇਹ ਚੰਗੇ ਭਾਗਾਂ ਦੀ ਨਿਸ਼ਾਨੀ ਹੈ, ਅਸੀਂ ਕੁਛ ਸਾਲ ਪੜ੍ਹ ਜਾਵਾਂਗੇ ਘੱਲਿਆ ਵਾ ਨਾ ਸਦੇ ਉੱਠ ਜਾ ਆਹੀ ਕਹਾਂਗੇ ਭਾਈ ਯਾਰ ਇੱਥੇ ਤਾਂ ਕਮਾਲ ਹੈ ਜਿਹੜਾ ਸਾਰੇ 'ਚ ਗੁਰੂ ਦੇ ਚਰਨਾਂ ਨਾਲ ਲੱਗ ਗਿਆ ਆ ਕੇ ਗੁਰਬਾਣੀ ਪੜ੍ਹਦਾ ਗੁਰਬਾਣੀ ਸੁਣਦਾ, ਸਾਡੇ ਤਨ ਜਿਹੜੇ ਹੈ ਗੁਰਬਾਣੀ ਸੁਣੀ ਤੋਂ ਪਵਿੱਤਰ ਹੁੰਦੇ ਆ, ਗੁਰਬਾਣੀ ਪੜ੍ਹ ਕੇ ਮੂੰਹ ਪਵਿੱਤਰ ਹੁੰਦਾ, ਸਾਡੀ ਜਵਾਨ ਪਵਿੱਤਰ ਹੁੰਦੀ ਹੈ। ਇੱਥੇ ਸੁਣਿਆ ਵੀ ਉਹਨਾਂ ਨੇ ਬਾਣੀ ਪੜ੍ਹੀ ਵੀ, ਅੱਜ ਤੋਂ ਵੱਡਾ ਜੀਵਨ ਕੀ ਹੋ ਸਕਦਾ? ਆਪ ਅਸੀਂ ਗੱਲ ਕਰਦੇ ਹਾਂ ਚਲੋ ਇਹ ਤਾਂ ਇੱਕ ਜੀਵ ਆਤਮਾ ਸੀ ਜਿਹਦਾ ਜੀਵਨੀ ਬਹੁਤ ਵਧੀਆ ਸੀ, ਜੇ ਅਸੀਂ ਕਿਸੇ ਹੋਰ ਗੱਲ ਕਰਦੇ ਹਾਂ ਬੜਾ ਚੰਗਾ ਇਨਸਾਨ ਸੀ, ਬੜੇ ਚੰਗੇ ਕੰਮ ਕਰਦਾ ਸੀ, ਬੜੀ ਇਹਨੇ ਪਿੰਡ ਦੀ ਸੇਵਾ ਕੀਤੀ, ਆਪਣੇ ਦੀ ਸੇਵਾ ਕੀਤੀ, ਬੜਾ ਭਲਾ ਮਾਣ ਸੀ, ਬੜਾ ਪਿਆਰ ਵਾਲਾ ਸੀ, ਬੜਾ ਇਹ ਦਾਨੀ ਸੀ, ਇਹ ਗੱਲਾਂ ਕਰਕੇ ਆਪਾਂ ਯਾਦ ਕਰਦੇ ਹਾਂ। ਅਕਸਰ ਹੀ ਜੋ ਇਨਸਾਨ ਦੁਨੀਆਂ 'ਚ ਚਲਿਆ ਜਾਂਦਾ ਉਹਦੇ ਚੰਗੇ ਗੁਣ ਦੇਖੇ ਜਾਂਦੇ ਹਨ, ਮਰਨ ਤੋਂ ਬਾਅਦ ਲੋਕ ਫਿਰ ਯਾਦ ਕਰਦੇ ਹਨ, ਉਹ ਲੋਕ ਮਰਦੇ ਨਹੀਂ ਹੈ ਅਮਰ ਹੋ ਜਾਂਦੇ ਆ। ਅੱਜ ਮਾਤਾ ਜੀ ਸਰੀਰ ਕਰਕੇ ਸੰਸਾਰ ਤੋਂ ਗਏ ਹੈ, ਇੱਕ ਨਾ ਕਰਕੇ ਸਾਡੇ ਵਿੱਚ ਰਹਿਣ ਗਏ, ਕਿਉਂਕਿ ਉਹਨਾਂ ਨੇ ਚੰਗੇ ਕਰਮ ਕੀਤੇ ਹੋਏ, ਵਧੀਆ ਕਰਮ ਕੀਤੇ ਹੈ ਅਤੇ ਉਹਨਾਂ ਨੂੰ ਹੁਣ ਆਪਾਂ ਕਿ ਪਰਮਾਤਮਾ ਸੱਚੇ ਪਾਤਸ਼ਾਹ ਵਾਹਿਗੁਰੂ ਮਾਤਾ ਜੀ ਨੂੰ ਸਵਰਗ ਵਾਸਾਂ ਦੀ ਉਹਨਾਂ ਨੂੰ ਮੇਰਾ ਘਰ ਆਪਣੇ ਸਿਫਾਰਸ਼ ਦੀ ਲੋੜ ਨਹੀਂ ਹੈ, ਉਹ ਤਾਂ ਪਹਿਲੇ ਸਵਰਗ ਨੂੰ ਗਏ ਹੈ ਜਿਹਨਾਂ 'ਤੇ ਪਰਮਾਤਮਾ ਦੀ ਜਿਹੜੀ ਬਖਸ਼ਿਸ਼ ਹੈ ਅੱਜ ਤੋਂ ਵੱਡੀ ਜਿਹੜੀ ਬਖਸ਼ਿਸ਼ ਬਹੁਤ ਘੱਟ ਲੋਕਾਂ 'ਤੇ ਹੁੰਦੀ ਹੈ। ਮੇਰੇ ਵਰਗੇ ਆਉਂਦੇ ਆ ਸਿਰ ਨੂੰ ਵਾਇਆ ਬਣਾਇਆ ਅਤੇ ਦੌੜ ਆ ਕੇ ਮੁੜ ਗਈ, ਕਰਮਾਂ 'ਚ ਨਹੀਂ ਹੈ, ਕਰਮਾਂ 'ਚ ਫਰਕ ਹੈ, ਜਿੱਥੋਂ ਇਹਨਾਂ ਦੇ ਭਲੇ ਕਰਮ ਹੈ ਚੰਗੇ ਕਰਮ ਹੈ, ਤੁਹਾਨੂੰ ਗੁਰੂ ਦੀ ਬਾਣੀ ਸੁਣਨ ਦਾ, ਗੁਰੂ ਦੀ ਗੁਰਬਾਣੀ ਪੜ੍ਹਨ ਦਾ, ਇੱਥੇ ਹਾਜ਼ਰੀ ਭਰਨ ਦਾ ਤੁਹਾਨੂੰ ਲੰਬਾ ਸਮਾਂ ਮੌਕਾ ਮਿਲਿਆ। ਆ ਸੁਣਿਆ ਤੁਹਾਡੇ ਬੇਟੇ ਭਾਈ ਸਾਹਿਬ ਦਿੱਲੀ ਠਾਠ ਸੇਵਾ ਮੁੱਖ ਸੇਵਾ ਹੈ ਦੂਜੇ ਬੈਠੇ ਉਹਨਾਂ ਦੇ ਬੜੇ ਧਾਰਮਿਕ ਤੌਰ 'ਤੇ ਇਹ ਪਰਿਵਾਰ ਗੁਰੂ ਘਰ ਨਾਲ ਜੁੜਿਆ ਹੈ, ਇੱਦੋਂ ਵੱਡੀ ਇਨਸਾਨ ਦੀ ਕਿਸਮਤ ਮੈਂ ਸਮਝਦਾ ਕਿ ਹੋ ਸਕਦੀ ਹੈ, ਇੱਦੋਂ ਵੱਡੀ ਕੋਈ ਪ੍ਰਾਪਤੀ ਨਹੀਂ ਹੋ ਸਕਦੀ, ਇੱਦੋਂ ਵੱਡੀ ਕੋਈ ਪ੍ਰਾਪਤੀ ਨਹੀਂ ਹੋ ਸਕਦੀ, ਜੋ ਇਹਨਾਂ ਨੇ ਪ੍ਰਾਪਤੀ ਕੀਤੀ ਹੈ ਆਪਣਾ ਜੀਵਨ ਸਫਲ ਕਰ ਗਏ ਹੈ, ਔਰ ਸਾਨੂੰ ਇਹ ਰਾਹ ਦਿਖਾ ਕੇ ਰਹੇ ਹੈ ਜਿਹੜਾ ਇਨਸਾਨ ਗੁਰਬਾਣੀ ਨਾਲ ਜੁੜਿਆ ਹੋਇਆ ਗੁਰਬਾਣੀ ਸੁਣਦਾ ਗੁਰਬਾਣੀ ਪੜ੍ਹਦਾ ਉਹ ਸਦਕਾ ਨੂੰ ਜਾਂਦਾ, ਕਿਉਂਕਿ ਆਪਾਂ ਸਾਰੇ ਬੈਠੇ ਹੈ ਮੌਤ ਅਟਲ ਹੈ ਸਭ ਹੋਣੀ ਅਤੇ ਗਾਂ ਆਪਾਂ ਨਰਕਾਂ ਨੂੰ ਜਾਣਾ ਸਵਰਗਾਂ ਨੂੰ ਜਾਣਾ, ਉਹ ਰਸਤੇ ਨੂੰ ਸਾਫ਼ ਕਰਨ ਵਾਸਤੇ, ਉਹ ਰਸਤੇ ਨੂੰ ਵਧੀਆ ਬਣਾਉਣ ਵਾਸਤੇ, ਆਪਣੇ ਅਗਲੇ ਜੀਵਨ ਨੂੰ ਵਧੀਆ ਬਣਾਉਣ ਵਾਸਤੇ ਗੁਰਬਾਣੀ ਬਹੁਤ ਜ਼ਰੂਰੀ ਹੈ, ਪੜ੍ਹਨੀ ਵੀ ਜ਼ਰੂਰੀ ਹੈ, ਸੁਣਨੀ ਵੀ ਜ਼ਰੂਰੀ ਹੈ। ਇਸ ਕਰਕੇ ਮੈਂ ਸਮਝਦਾ ਇਹਦਾ ਜੀਵਨ ਹੀ ਬੜਾ ਲਾਹੇ ਬਣਿਆ, ਬੜਾ ਕੱਟ ਕੇ ਲਿਆ ਗਿਆ ਸੰਸਾਰ ਤੋਂ, ਇਹਨਾਂ ਦਾ ਵਰਤ ਕਰਨ ਵਾਲੀ ਗੱਲ ਕੋਈ ਰਹੀ ਨਹੀਂ ਹੈ, ਸੋ ਸਮਾਂ ਨਹੀਂ ਆਉਂਦਾ ਜਾਂਦਾ ਬਹੁਤ ਕੁਛ ਬੋਲਿਆ ਜਾਵੇ, ਮਨ ਤਾਂ ਕਰਦਾ ਸੀ 10 ਮਿੰਟ ਲਾ ਕੇ ਜਾਂ ਕੋਈ ਚੰਗੀ ਗੱਲ ਕਹੋ ਕਿਉਂਕਿ ਵਧੀਆ ਗੱਲ ਕੀਤੀ ਜਾਂਦੀ, ਪਰ ਮੈਂ ਸਮਝਦਾ ਜਿਸ ਸਥਾਨ 'ਤੇ ਆਪਾਂ ਸਾਰੇ ਬੈਠੇ ਹਾਂ, ਜਿਸ ਸਥਾਨ 'ਤੇ ਮਾਤਾ ਜੀ ਇਸ ਸੰਸਾਰ ਤੋਂ ਗਏ ਹੈ ਉਹ ਸਭ ਤੋਂ ਪਵਿੱਤਰ ਅਤੇ ਉੱਤਮ ਹੈ, ਇਹ ਤੋਂ ਵੱਡੇ ਭਾਗ ਆਪਣੇ ਕੋਲ ਹੋ ਨਹੀਂ ਸਕਦੇ, ਆ ਸੰਗਤ ਵੀ ਭਾਗਾਂ ਵਾਲੀ ਹੈ ਜਿਵੇਂ ਅੰਗਰੇਜ਼ੀ ਮਹਾਨ ਆਤਮਾ ਇੱਕ ਪਵਿੱਤਰ ਆਤਮਾ ਜੰਤਰ ਦਾਸ ਜੀ ਕੋਲ ਪਹੁੰਚਣ ਦਾ ਮੌਕਾ ਮਿਲਿਆ, ਮੈਂ ਵੀ ਆਪਣੇ ਚੰਗੇ ਭਾਗ ਸਮਝਦਾ ਕਿ ਮੈਂ ਪਵਿੱਤਰ ਆਤਮਾ ਜੋ ਸਾਰਾ ਕਰ ਰਿਹਾ ਇਹ ਤੋਂ ਵੱਡੇ ਭਾਗ ਮੇਰੇ ਵੀ ਹੋ ਸਕਦੇ ਹੈ। ਇਹਨਾਂ ਸ਼ਬਦਾਂ ਨਾਲ ਮੈਂ ਗੁਰੂ ਸਾਹਿਬ ਨੂੰ ਬੇਨਤੀ ਕਰਦਾ ਸੱਚੇ ਪਾਤਸ਼ਾਹ ਵਾਹਿਗੁਰੂ ਜੋ ਆਪਣਾ ਜੀਵਨ ਬਣਾ ਕੇ ਗਏ ਆ ਮਾਤਾ ਜੀ ਸਾਨੂੰ ਵੀ ਉਹਨਾਂ ਨੇ ਪਾਏ ਹੋਏ ਪਾਚਰਾਂ 'ਤੇ ਹੁਣ ਇਹ ਗਾੜੀ ਰਾਹ 'ਚ ਚੱਲਣਾ ਬੰਦ ਬਖਸ਼ੀ ਤਾਂ ਕਿ ਅਸੀਂ ਆਪਣੇ ਜੀਵਨ ਨੂੰ ਕਿਸੇ ਦਾ ਧਾਰਨ ਯੋਗ ਸਵਾਰ ਸਕੀਏ, ਇਹਨੇ ਸ਼ਬਦ ਕਰਕੇ ਆਪਣਾ ਚਾਹੁੰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ।
ਬਿਸਤਰਾ ਗੁਰ ਰੱਖੀ ਤੇਰੇ ਨਾਲ ਦੇ ਕਈ ਸਰੀਰ ਤੁਰ ਗਏ ਰੂਬਤ ਨੂੰ ਕਹਿਣ ਲੱਗਾ ਮੁੜਕ ਵੇਲਾ ਟੱਪ ਗਿਆ ਕੀ ਸੀ ਉੱਪਰ ਵੇਲ ਦੇਖਦਿਆਂ ਪਲਕ ਤੋਤਾ ਟੁੱਕ ਗਿਆ ਕਾਜਵਾਲ ਨੇ ਚਾਦ ਜੋ ਮਾਰੀ ਦੇਖਦਿਆਂ ਦਮ ਸੁੱਕ ਗਿਆ ਸਾਈ ਲੋਕਾਂ ਕੀ ਜੀ ਕੇ ਲੈਣਾ ਜਦ ਦਾਣਾ ਪਾਣੀ ਮੁੱਕ ਗਿਆ ਵਿਛੜ ਗਏ ਜੀ ਸਾਥੋਂ ਬਾਬਿਆਂ ਦੇ ਪਿਆਰੇ ਵਿਛੜ ਗਏ ਜੀ ਸਾਥੋਂ ਬਾਬਿਆਂ ਦੇ ਪਿਆਰੇ ਮੇਰਾ
ਅੱਗੇ ਜੇ ਥੋੜ੍ਹਾ ਅੱਗੇ